ਵੋਟਾਂ ਵੋਟਾਂ ਤੇ ਵੋਟਾਂ ਸਾਰੇ ਪਾਸੇ ਹੀ ਕੋਈ ਕਹਿੰਦਾ ਪਾ ਦੇਣੀ ਆ ਕੋਈ ਕਹਿੰਦਾ ਮੈਂ ਨਹੀਂ ਪਾਣੀ ਕੋਈ ਕਹਿੰਦਾ ਯਾਰ ਕੋਈ ਫਾਇਦਾ ਤੇ ਹੈ ਨਹੀਂ ਕੋਈ ਕਹਿੰਦਾ ਨਾ ਜੀ ਫਾਇਦਾ ਹੀ ਇਹਦੇ ਚ ਐ ਕੋਈ ਕਹਿੰਦਾ ਲੋਕਤੰਤਰ ਮੈਂ ਬਚਾ ਕੇ ਰਹਿਣਾ ਕੋਈ ਕਹਿੰਦਾ ਯਾਰ ਕਿਹੜਾ ਲੋਕਤੰਤਰ ਉਹ ਤੇ ਕਦੋਂ ਦਾ ਗਵਾਚ ਗਿਆ ਸੋ ਸਾਰਾ ਕੁਝ ਚੱਲਣਾ ਆ ਜੇ ਕਿਹਾ ਤੱਕ 1 ਜੂਨ ਨਹੀਂ ਆਉਂਦੀ ਪਰ ਉਹਦੇ ਨਾਲ ਨਾਲ ਜਿਸ ਹਾਵ ਨਾਲ ਗਰਮੀ ਵਧ ਰਹੀ ਆ ਮੌਸਮ ਤਪਸ਼ਾ ਚਾ ਰਿਹਾ ਉਧਰ ਲੀਡਰ ਬ੍ਰੇਕਾਂ ਨਹੀਂ ਲਾ ਰਹੇ ਤੁਸੀਂ ਦੇਖ ਲਓ ਕਿਸੇ ਪਾਸੇ ਕੋਈ ਰੈਲੀ ਕੋ ਜਲਸਾ ਕੋਈ ਰੋਡ ਸ਼ੋ ਕਮੀ ਕੋਈ ਨਹੀਂ ਸੋ ਜੇ ਮੈਂ ਤਲੋਂ ਵੇਖੀਏ ਤੇ ਉਹਨਾਂ ਜ਼ੋਰ ਪੂਰਾ ਮਾਰਨਾ ਬਾਕੀ ਰਹੀ ਗੱਲ ਤੁਹਾਡੀ ਵੀ ਤੁਸੀਂ ਵੋਟ ਪਾਉਣੀ ਜਾਂ ਨਹੀਂ ਪਾਉਣੀ ਫਿਲਹਾਲ ਪ੍ਰੋਗਰਾਮ ਪ੍ਰਾਈਮ ਫੋਕਸ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਮੈਂ ਗੁਰਪ੍ਰੀਤ ਸਿੰਘ ਸੰਧਾਲੀਆ ਤੇ ਨਾਲ ਸਾਥੀ ਪਰਮੇਰ ਸਿੰਘ ਬਾਠੋਰੀ ਕੀ ਹਾਲ ਵਾਟਸਾਪ ਛੜਦੀ ਕਲਾ ਸੰਧਾਲੀਆ ਸਭ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਹਾਰਾਜ ਸੇਤਾ ਕਿਦਾਂ ਸੇਤਾ ਵਧੀਆ ਸੰਧਾਲੀਆ ਸਾਬ 46 ਡਿਗਰੀ ਤਾਪਮਾਨ ਸੀ ਕੱਲ ਆਹਾ ਤਾਪਾ ਫਤੌਰੀਆ ਗੱਲਾਂ ਕਰਕੇ ਸਿਰ ਤੇ ਰੱਖ ਲਈਦਾ ਸੀ ਇਹ ਵਧੀਆ ਰੇਡੀਏਟਰ ਤੇ ਵੀ ਚਾਹੀਦਾ ਰੇਡੀਏਟਰ ਠੰਡਾ ਰਹੇ ਤੇ ਚੀਜ਼ ਠੀਕ ਰਹਿੰਦੀ ਆ ਸਹੀ ਗੱਲ ਹਾਂ ਬੋਰੀ ਗਿੱਲੀ ਕਰਕੇ ਪਾਈ ਦੀ ਸੀ ਓਏ ਹੁਣ ਬੋਰੀ ਤੇ ਨਹੀਂ ਪਾਦੇ ਤੁਸੀਂ ਤੌਲੀਆ ਰੱਖ ਲਿਆ ਨਹੀਂ ਤੁਸੀਂ ਇਹ ਦੇਖੋ ਹੁਣ ਥੋੜਾ ਜਿਹਾ ਵਿਚ ਵਿਚਾਲੇ ਕਹੀਦਾ ਵੀ ਨਿੰਬੂ ਦੋ ਚਰ ਜਿਹੜੇ ਜ਼ਰੂਰ ਪੀ ਲੈ ਜਾਣਾ ਹਮ ਹਦਵਾਣੇ ਤੋਂ ਪਰੇ ਨਹੀਂ ਹੋਣਾ ਆਹ ਜਦੋਂ ਕਿਤੇ ਸੂਤ ਲੱਗਦਾ ਇਹਦੇ ਤੋਂ ਇਲਾਵਾ ਸੰਧਾਲੀਆ ਸਭ ਦੋ ਤਿੰਨ ਚੀਜ਼ਾਂ ਹੋਰ ਨੇ ਜਿਹਦੀ ਵਰਤੋਂ ਜਿਹੜੀ ਆ ਲਗਾਤਾਰ ਕਰਦੇ ਰਹਿਣਾ ਚਾਹੀਦਾ ਇੱਕ ਆਪਰੇਸ਼ਨ ਮੇਰੇ ਦਿਮਾਗ 'ਚ ਆਇਆ ਅੱਛਾ ਕਦੀ ਮੈਂ ਨਹੀਂ ਆਂਦਾ ਵੀ ਕਿੰਨੇ ਕੀਤਾ ਸੀ ਬਾੜੇ ਚ ਨਹੀਂ ਵੀ ਕਰਕੇ ਵੇਖਣਾ ਚਾਹੀਦਾ ਫੇਰ ਹਦਵਾਣਾ ਲੈਣਾ ਆਹਾ ਇੱਕ ਲੈਣੀ ਆ ਸਰਿੰਜ ਟੀਕੀ ਵਾਲੀ ਹੂੰ ਉਦੋਂ ਬਾਅਦ ਉਹ ਜਿਹੜਾ ਨਿੰਬੂ ਤੁਸੀਂ ਆਨੇ ਆ ਵੀ ਮਤਲਬ ਉਹ ਕਰਨਾ ਉਹਦੇ ਲਾਉਣੇ ਉਹਨੂੰ ਟੀਕੀ ਨਿੰਬੂ ਦੇ ਹਾਂ ਨਾਲੇ ਲਾਉਣੇ ਆ ਲੂਣ ਵਾਲੇ ਪਾਣੀ ਦੇ ਉਸ ਤੋਂ ਬਾਅਦ ਉਹਨੂੰ ਘੱਟਣਾ ਤੇ ਫੇਛਣਾ ਇਸੰਤਾਰੇ ਸਭ ਦੇਖੋ ਜੇ ਇੰਨੇ ਜੋਗੇ ਹੁੰਦੇ ਨਾ ਤਾਂ ਅਸੀਂ ਤੁਹਾਡੇ ਨੂੰ ਸਿਆਸੀ ਪਾਰਟੀਆਂ ਚ ਪੰਨ ਤੋੜ ਕਰਦੇ ਹੁੰਦੇ ਆ ਯਾਰ ਇਹਦੇ ਚ ਕੀ ਐਡੀ ਕਿੱਡੀ ਗੱਲ ਆ ਲੁਕੀਆ ਆਪਣੇ ਦੋ ਕ ਬੰਦੇ ਦੂਸਰੀ ਪਾਰਟੀ ਚ ਭੇਜੋ ਉਹ ਖੁਸ਼ ਹੋ ਜਾਣ ਕਿ ਭਾਈ ਤੋੜ ਲਿਆ ਦੇ ਉਹ ਮਗਰੋਂ 20 ਲੈ ਕੇ ਮੁੜੇ ਰੋ ਯਾਰ ਉਹ ਨਹੀਂ ਗੱਲ ਇਹ ਤਿਰਬਾ ਤੁਸੀਂ ਕਰਕੇ ਵੇਖਿਓ ਵੀ ਜੇ ਤੁਹਾਨੂੰ ਮਜ਼ਾ ਆਇਆ ਸਵਾਦ ਲੱਗਾ ਤੇ ਕੱਲ ਨੂੰ ਟਿੱਪਣੀ ਕਰ ਦਿਓ ਜਾਂ ਪ੍ਰੋਗਰਾਮ ਦੇ ਥੱਲੇ ਬਾਅਦ YouTube ਤੇ ਟਿੱਪਣੀ ਕਰ ਦਿਓ ਚਲੋ ਟਿੱਪਣੀ ਕਰ ਦੇਣਗੇ ਮੈਨਾਂ ਜੇ ਤੁਸੀਂ ਨਵੇਂ-ਨਵੇਂ ਤਰੀਕੇ ਇਹਨਾਂ ਦੱਸਿਆ ਕਰੋ ਇਹਦਾ ਮਤਲਬ ਦੇਖੋ ਦੇਖੋ ਮੈਂ ਤਾਂ ਕਹਿੰਨਾ ਪ੍ਰੋਗਰਾਮ ਦਾ ਸਮਝਣ ਲਈ ਚਾਹੀਦਾ ਕੀ ਵੀ ਹਦਵਾਣਾ ਕਿਵੇਂ ਖਾਈਏ ਵਾਹ ਜੀ ਵਾਹ ਕਿਵੇਂ ਨਹੀਂ ਨਹੀਂ ਕਿਵੇਂ ਲਾਈਏ ਹਦਵਾਣੀ ਚ ਟੀਕਾ ਟੀਕਾ ਟੀਕਿਆਂ ਵਾਲਾ ਹਦਵਾਣਾ ਹੈ ਨਾ ਸਮਝਾ ਲਈਏ ਇਸ ਕੋਈ ਗੱਲ ਹੋਰ ਹੈ ਚਲੋ ਤੁਹਾਨੂੰ ਤਾਂ ਨਹੀਂ ਪਤਾ ਹੁਣ ਐਸ ਲਈ 20 ਰੁਪਏ ਨੂੰ ਕਿਲੋ ਹਦਵਾਣਾ ਮਿਲਦਾ ਆ ਮੈਂ ਕਦੀ ਖਾਦਾ ਹੀ ਨਹੀਂ ਗਾ ਰੇ ਮੈਂ ਕਦੋਂ ਖਾਂਦੇ ਤੁਸੀਂ ਰੋਜ਼ ਆ ਯਾਨੀ ਖਰੀਦਣਾ ਤੁਸੀਂ ਨਹੀਂ ਨਾ ਹੁੰਦਾ ਤੁਸੀਂ ਤਾਂ ਆਰਡਰ ਕਰਨਾ ਅੱਜ ਤਰਬੂਜ਼ ਕਮਨ ਕਰ ਰਹਾ ਸੀ ਮੈਂ ਥੋੜਾ ਸਾ ਤਰਬੂਜ਼ ਲਾਈਏ ਪਹਿਲਾਂ ਚਾਹ ਤੇ ਅੱਗੇ ਬੈਠਦੇ ਨੇ 15 20 ਮਿੰਟ ਪਹਿਲਾਂ ਉਹਦੇ ਵਿੱਚ ਟੀਪੜੀ ਹੋਰ ਮਗਾਈਏ ਹਾਂਜੀ ਤੁਸੀਂ ਦੇਖੋ ਵੀ ਜੀ ਮੈਂ ਕਿਤੇ ਹਿੰਦੀ ਵੀ ਬੋਲਾਂ ਨਾ ਕਦੀ ਬੋਲਾਂਗੇ ਜਿੰਨੀ ਸਪਸ਼ਟ ਤੁਸੀਂ ਬੋਲਦੇ ਆਂ ਅਗਲਾ ਬੰਦਾ ਕਹਿੰਦਾ ਭਾਈ ਮੈਨੂੰ ਪੰਜਾਬੀ ਆਉਂਦੀ ਹੈ ਇਹ ਸੱਚੀ ਹੋਇਆ ਮਰ ਨਾਲ ਮੈਂ ਚਲੋ ਚੰਡੀਗੜ੍ਹ ਕਿਸੇ ਜਗ੍ਹਾ ਤੇ ਉਹ ਜਦੋਂ ਮੈਂ ਵੇਖਿਆ ਵੀ ਉਹ ਭੈਣ ਜੀ ਹਣੀ ਮੈਂ ਕਿਹਾ ਵੀ ਇਹਨਾਂ ਨੂੰ ਪੰਜਾਬੀ ਸਾਲ ਲੱਗਣੀ ਤੇ ਮੈਂ ਦੋਕ ਲੈਣੇ ਬੋਲੀਆਂ ਹਿੰਦੀ 'ਚ ਉਹ ਗੋਪਲਿਆਬੀ ਜਾ ਕੇ ਅੱਛਾ ਤੇ ਮੈਂ ਇਹਨਾਂ ਨੂੰ ਕਹਿਣਾ ਤੇ ਕੀ ਆ ਤੇ ਜਦੋਂ ਮੈਂ ਪੰਜਾਬੀ ਵਿੱਚ ਬੋਲੂ ਤਾਂ ਆਪੇ ਬੰਦੇ ਨੂੰ ਸਮਝ ਲੱਗ ਜੀ ਮੈਨੂੰ ਪੰਜਾਬੀ ਵੀ ਆਉਂਦੀ ਆ ਨਹੀਂ ਮੈਂ ਦੇਖੋ ਮੈਂ ਤਾਂ ਤੁਹਾਨੂੰ ਦੱਸਿਆ ਕਿ ਤੁਹਾਨੂੰ 20 ਰੁਪਏ ਕਿਲੋ ਕੀਮਤ ਕੋਮਤ ਕਦੇ ਨਹੀਂ ਪਤਾ ਹੁਣ ਇਹਦਾ ਕਾਰਨ ਕੀ ਆ ਜਦੋਂ ਕੱਲ ਆਪਾਂ ਦੋਨਾਂ ਨੇ ਛੋਟਾ ਹਦਵਾਣਾ ਲੈ ਕੇ ਕੀਤਾ ਅੱਧੋ ਅੱਧ ਤੇ ਮੈਂ ਕਿਹਾ ਕਿ ਅੱਜ ਵਿੱਚੋਂ ਹੀ ਚਮਚੇ ਨਾਲ ਖਾਣਾ ਹੀ ਗੋਲੇ ਇਹਨੂੰ ਤੁਸੀਂ ਜਦੋਂ ਉਹ ਹਦਵਾਣਾ ਖਤਮ ਕੀਤਾ ਉਹਦੇ ਵਿੱਚ ਲੱਗਦਾ ਸੀ ਕਿ ਕਿੰਨਾ ਕੁਛ ਰਹਿ ਗਿਆ ਤੇ ਤੁਸੀਂ ਮੇਰੇ ਵਾਲਾ ਦੇਖ ਕੇ ਖਪਰ ਚਟਾ ਕੱਢਦੇ ਮੈਂ ਵਿੱਚੋਂ ਜਿਹਨੂੰ ਪਤਾ ਹੁੰਦਾ ਕਿ ਭਾਈ 20 ਦਾ ਕਿਲੋ ਲਿਆ ਉਹਨੇ ਤਾਂ ਐਂ ਚਰੂਂਡ ਚਰੂਂਡ ਕੇ ਵਿੱਚੋਂ ਤੇ ਮੜ ਕੇ ਪਾਣੀ ਜਦੋਂ ਖਪਰਨ ਆਪੇ ਨਾਲ ਸਵਾਦ ਬਖਰਾ। ਠੀਕ ਹੈ ਚਲੋ ਹੁਣ ਕੀ ਕਰ ਸਕਦੇ ਗੋਲੀਆਂ ਦਾ ਫੱਕਾ ਵੀ ਤੁਸੀਂ ਮਾਰਨਾ ਬਾਅਦ ਚ। ਚਲੋ ਠੀਕ ਹੈ। ਆ ਵੀ ਹਦਵਾਣਾ ਹੀ ਆ ਐਡਾ ਉਹਦੇ ਮਗਰ ਕਾਲੀ ਪਹਿਣਾ। ਚਲੋ ਆਪਾਂ ਹਦਵਾਣੇ ਤੋਂ ਬਾਅਦ ਨਿਕਲੀਏ ਕਿਉਂਕਿ ਕੰਮ ਜਿਹੜਾ ਉਹ ਬੋਟਾਂ ਵਾਲਾ ਪਖੇ ਪਿਆ। ਤੇ ਕੰਮ ਪਖੇ ਦੇ ਵਿੱਚ ਕਹਿੰਦੇ ਆ ਵੀ ਰੈਲੀ ਕਰਨ ਤੇ ਵੈਸੇ ਗਏ ਸੀ ਖਲੇਸ਼ ਯਾਦਵੂਰੀ ਤੇ ਰਾਹੁਲ ਗਾਂਧੀ। ਪਰ ਰੈਲੀ ਵਿੱਚ ਛੱਡ ਕੇ ਭਜਣਾ ਪਿਆ ਹੁਣ ਜਦੋਂ ਆਪਾਂ ਇਸ ਲਾਈਨ ਦੀ ਗੱਲ ਕਰਦੇ ਆਂ ਵੀ ਰੈਲੀ ਛੱਡ ਕੇ ਭਜਣਾ ਪਿਆ ਹੁਣ ਪਹਿਲੀ ਲੈਂਸਰੇ ਤੇ ਇਹ ਗੱਲ ਜਵਾ ਦਿਮਾਗ ਚ ਆਉਂਦੀ ਵੀ ਇਹਦਾ ਮਤਲਬ ਵੀ ਲੋਕਾਂ ਦਾ ਵਿਰੋਧ ਬਹੁਤ ਕੀਤਾ ਹੋਊ ਪਰ ਖਬਰ ਨੂੰ ਜਦੋਂ ਆਪਾਂ ਹੋਰ ਗਾਂਹ ਤੱਕ ਵਾਚਦੇ ਆਂ ਫਿਰ ਪਤਾ ਲੱਗਦਾ ਵੀ ਲੋਕਾਂ ਦਾ ਪਿਆਰ ਹੀ ਬੜਾ ਸੀ ਭੀੜ ਹੀ ਕਹਿੰਦੇ ਕੰਟਰੋਲ ਚ ਨਹੀਂ ਹੋਏ ਦੋ ਕਹਿੰਦੇ ਨਹੀਂ ਯਾਰ ਜਾਣਾ ਹੀ ਪੈਣਾ ਨਹੀਂ ਤੇ ਲੋਕ ਇਹ ਨਾ ਆਵੇ ਦਲੀ ਦੀ ਮਲੀ ਦੀ ਹੋ ਜਾਈ ਕਿਤੇ ਅਜੇ ਰੈਲੀ ਸੰਧਾਲੀ ਆ ਸਭ ਸ਼ੁਰੂ ਨਹੀਂ ਸੀ ਨੂੰ ਦੋ ਤਿੰਨ ਤਰੀਕੇ ਲਿਆ ਜਾ ਸਕਦਾ ਇੱਕ ਤਾਂ ਕਈ ਵਾਰ ਸਿਆਸੀ ਪਾਰਟੀਆਂ ਕਹਿੰਦੀਆਂ ਹੁੰਦੀਆਂ ਕਿ ਦੂਸਰਿਆਂ ਉਹਕੇ ਰਲੀ ਦਾ ਮਤਲਬ ਇਹ ਸੀ ਕਿ ਹੁਣ ਤਾਂ ਸਿਰਫ ਭਗੜੜ ਦੀਆਂ ਖਬਰਾਂ ਨੇ ਫਿਰ ਜੇ ਰਾਹੁਲ ਗਾਂਧੀ ਭਾਸ਼ਣ ਦਿੰਦੇ ਤਾਂ ਮੈਨੂੰ ਲੱਗਦਾ ਮੁਹੱਬਤ ਦੀ ਦੁਕਾਨ ਟਾਈਟਲ ਉਹ ਬਣਦਾ ਹੂੰ ਫਿਰ ਹੋ ਸਕਦਾ ਕਿ ਉਹ ਭਾਰਤੀ ਫੌਜ ਦੇ ਵਿੱਚ ਜਿਹੜੀ ਭਰਤੀ ਹੈ ਉਹਨੂੰ ਪਹਿਲਾਂ ਵਾਂਗੂ ਰੈਗੂਲਰ ਤਰੀਕੇ ਦੇ ਨਾਲ ਕਰਨ ਦੀ ਗੱਲ ਕਰਦੇ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਆਉਂਦਾ ਹੁਣ ਕੱਲੀ ਭਗੜੜ ਦੀ ਖਬਰ ਹੈ ਹੁਣ ਹੋਇਆ ਕਿ ਰਾਹੁਲ ਗਾਂਧੀ ਤੇ ਦੂਸਰੇ ਪਾਸੇ ਅਖਲੇਸ਼ ਨੇ ਦੋਏ ਬੰਦੇ ਮੈਨੂੰ ਲੱਗਦਾ ਕਿ ਹਾਮੋ ਉਮਰ ਵੀ ਹੋਣੀ ਆ ਹੂੰ ਇਹ ਵੱਖਰੀ ਗੱਲ ਹੈ ਕਿ ਅਖਲੇਸ਼ ਹੋਰਾਂ ਦੇ ਤਾਂ ਯਾਰ ਜਣੀ ਵਸਿਆ ਘਰ ਅਗਰਸਥੀ ਜੀਵਨ ਜੀਉਂਦੇ ਨੇ ਉਹ। ਮਲਗਾ ਛੋਟੇ ਗਲੇਸ਼ ਹੋ ਰਹੀਆਂ ਹੈਗੇ ਆ। ਹਾਂ ਤੇ ਇਧਰਨੇ ਪਾਸੇ ਰਾਹੁਲ ਗਾਂਧੀ ਹੋਰਾਂ ਦੇ ਕੋਲੇ ਸਮਾਂ ਵਾਧੂ ਆ। ਚਲੋ ਯੂਪੀ ਚ ਸਮਾਂ ਲਾ ਰਹੇ ਵਧੀਆ ਕਿਉਂਕਿ ਪਿਛਲੀ ਵਾਰੀ ਕਾਂਗਰਸ ਨੂੰ ਇੱਕ ਤੇ ਅਖਲੇਸ਼ ਨੂੰ ਪੰਜ ਸੀਟਾਂ ਮਿਲੀਆਂ ਸੀ ਕੁੱਲ 6 ਕਿੰਨਿਆਂ ਚੋਂ 80 ਚੋਂ। ਜੇ ਉੱਥੋਂ ਇੰਡੀਆ ਗੱਠਜੋੜ ਨੇ ਪ੍ਰਾਪਤੀਆਂ ਨਾ ਕੀਤੀਆਂ ਤਾਂ ਫਿਰ ਤਾਂ ਨਤੀਜੇ ਚੁਪ ਕਰਕੇ ਕਰੀ ਦੇਖ ਲੈਣਾ ਹਦਵਾਨਾ ਖਾਣ ਉਹ ਦਿਨ ਨੂੰ। ਪਰ ਜੇ ਇਧਰਨੇ ਪਾਸੇ ਉਹ ਵਧੀਆ ਪ੍ਰਾਪਤੀਆਂ ਕਰਦੇ ਆ ਫਿਰ ਕਿਤਨਾ ਕਿਤੇ ਇੰਡੀਆ ਗੱਠਜੋੜ ਮੁਕਾਬਲੇ ਚ ਰਾਹੁਲ ਗਾਂਧੀ ਨੇ ਧਿਆ ਇਹ ਪਹਿਲੀ ਰੈਲੀ ਨਹੀਂ ਜਿਹੜੀ ਉਹਨਾਂ ਨੇ ਸਾਂਝੀ ਕਰਦੀ ਸੀ ਹੈਲੀਕਾਪਟਰ ਆ ਕੇ ਉਤਰਦਾ ਹੈ ਉਤਰਣੀ ਦੇਖਦੇ ਆ ਕਿ ਭਾਈ ਇਕੱਠ ਤਾਂ ਬਾਵਾ ਹੈ ਸਟੇਜ ਦੇ ਉੱਤੇ ਆ ਕੇ ਚੜਦੇ ਆ ਜਿਹੜਾ ਮੰਨ ਲਓ ਕਿ ਤੁਸੀਂ ਆਏ ਹੋ ਮੋ ਹੈਲੀਕਾਪਟਰ ਚ ਮੇਰੀ ਡਿਊਟੀ ਹੁੰਦੀ ਹੈ ਤੂੰ ਭਾਈ ਸਵੀਰ ਤੂੰ ਹੀ ਜਾਣਾ ਉੱਥੇ ਤੇ ਜਾ ਕੇ ਦੇਖਣਾ ਤਾਂ ਮੇਰੇ ਅਰਗੇ ਨੂੰ 3 ਕਮਿੰਟ ਮਿਲਦੇ ਹੁੰਦੇ ਆ ਆ ਗਏ ਨੇ ਆ ਗਏ ਨੇ ਸੰਧਾਲੀਆ ਸਾਹਿਬ ਆ ਗਏ ਨੇ ਜਿਨ੍ਹਾਂ ਦੀ ਤੁਹਾਨੂੰ ਉਡੀਕ ਸੀ ਉਹ ਆ ਗਏ ਨੇ ਤੇ ਉਹਨਾਂ ਨੇ ਆਣ ਕੇ ਹੁਣ ਤੁਹਾਨੂੰ ਐਸੀਆਂ ਗੱਲਾਂ ਕਰਨੀਆਂ ਐ ਜਿਹਦੇ ਨਾਲ ਤੁਸੀਂ ਹੈਰਾਨ ਰਹਿ ਜਾਓਗੇ ਤੁਹਾਡਾ ਭਵਿੱਖ ਇਹਨਾਂ ਤੇ ਟਿਕਿਆ ਹੈ ਇਨਾਲਪਾ ਮੈਂ 7 8 9 ਲਾਉਣੇ ਸੀ ਜਿੰਦਾਬਾਦ ਜਿੰਦਾਬਾਦ ਜਿੱਤੇਗਾ ਵੀ ਜਿੱਤੇਗਾ ਸੰਧਾਲੀਆ ਜਿੱਤੇਗਾ ਮੈਂ ਇਹ ਤਾਂ ਦੇਣਾ ਉਹਦੇ ਵਿੱਚੇ ਜਦੋਂ ਅਖਲੇਸ਼ ਯਾਦਵ ਦੀ ਵਾਰੀ ਆਉਣ ਲੱਗੀ ਸੀ ਭਾਸ਼ਣ ਦੇਣ ਦੀ ਤਾਂ ਬਹੁਤ ਸਾਰੇ ਲੋਕ ਉੱਠ ਕੇ ਸਟੇਜ ਵੱਲੋਂ ਤੁਰ ਪਏ ਬਥੇਰੇ ਅਖਲੇਸ਼ ਯਾਦਵ ਨੇ ਕਿਹਾ ਉਹ ਬਹਿ ਜਾਓ ਬਹਿ ਜਾਓ ਗੱਲ ਸੁਣੋ ਰਾਹੁਲ ਭਈਆ ਆਏ ਐ ਬਾਤ ਸੁਣੀ ਆਪ ਇਨਕੀ ਅੱਛਾ ਬੋਲਤੇ ਐ ਉਹ ਮੁਹਬੁੱਤ ਦੀ ਦੁਕਾਨ ਮੇਂ ਕੀ ਕਹੇ ਉਹ ਬਤਾਏਂਗੇ ਆਪਕੋ ਉਹਨਾਂ ਨੇ ਇਹ ਕਹਿਣਾ ਸੀ ਰਾਹੁਲ ਗਾਂਧੀ ਨੇ ਵੀ ਬਥੇਰੇ ਹੱਥੋਂ ਤੁਹਾਾਰੇ ਕਿ ਬਹਿ ਜਾਓ ਜਦੋਂ ਨਾ ਬੈਠੇ ਤੇ ਮਲੇਮਸੂ ਯਾਦੋਂ ਦਾ ਤੁਹਾਨੂੰ ਤਖਲੇਸ਼ ਯਾਦੋਂ ਬਿਨਾਂ ਰਾਹੁਲ ਗਾਂਧੀ ਨੂੰ ਦੱਸਿਆ ਸਟੇਜ ਤੋਂ ਉਤਰ ਗਿਆ ਤੇ ਪਿੱਛੇ ਜਿੱਧਰਲੇ ਪਾਸੇ ਹੈਲੀਕਾਪਟਰ ਖੜਾ ਸੀ ਹੈਲੀਪੈਡ ਤੇ ਉਹਦੇ ਨੂੰ ਤੁਰ ਪਿਆ ਜਦੋਂ ਰਾਹੁਲ ਗਾਂਧੀ ਨੇ ਦੇਖੀ ਕਿ ਯੂਪੀ ਦਾ ਪਾਈ ਇਹਨਾਂ ਦੀ ਮੈਂ ਤਾਂ ਦਿੱਲੀ ਨਹੀਂ ਨਾ ਉਹ ਚਲ ਗਿਆ ਭਾਜੀ ਹੁਣੀ ਤਾਂ ਮੈਂ ਕਾ ਤੋ ਇੱਥੇ ਰਹਿਣਾ ਮਗਲੇ ਰਾਹੁਲ ਗਾਂਧੀ ਹੋਰੀ ਚਲ ਗਿਆ ਹੈਲੀਕਾਪਟਰ ਚ ਬੈ ਕੇ ਪਰ ਬਾਅਦ ਵਿੱਚ ਵੀ ਸਟੇਜ ਸਟੂਜ ਤੇ ਵੀ ਲੋਕ ਚੜ ਗਏ ਕਈ ਕੁਸ਼ ਹੋਇਆ ਹੋਈ ਖਰਾਬੀ ਪਰ ਬਚਾਅ ਹੋ ਗਿਆ ਮੈਨੂੰ ਲੱਗਦਾ ਵੇਖੋ ਜੇ ਤੇ ਇਹ ਐਪੀਸੋਡ ਰਿਪੀਟ ਹੋਇਆ ਜੀ ਫਿਰ ਜਿਹੜਾ ਉਹ ਦੋਸ਼ ਲਾਉਂਦੇ ਨੇ ਹੋ ਸਕਦਾ ਉਹ ਸ ਜੇ ਇਹ ਐਪੀਸੋਡ ਰਿਪੀਟ ਨਹੀਂ ਹੁੰਦਾ ਤੇ ਫਿਰ ਹੋ ਸਕਦਾ ਲੋਕਾਂ ਦਾ ਪਿਆਰ ਹੋਵੇ ਪਰ ਪਹਿਲੀ ਨਜ਼ਰੇ ਤੇ ਦੇਖੋ ਇਹੀ ਲੱਗਦਾ ਵੀ ਲੋਕਾਂ ਦੇ ਵਿੱਚ ਉਤਸ਼ਾਹ ਹੁੰਦਾ ਹੈ ਆਉਂਦਾ ਹੈ ਨਾਲੇ ਰਾਹੁਲ ਕਹਿੰਦੀ ਸਭ ਆਏ ਵੀ ਨਹੀਂ ਨਾ ਦੋ ਤਿੰਨ ਵਾਰ ਹੀ ਆਏ ਪੰਜਾਸਾਂ ਦੇ ਦੇਖਣਾ ਵੀ ਹੁੰਦਾ ਬੰਦੇ ਹਾਲ ਕਿਦਾਂ ਦਾ ਰਹੀ ਬੰਦਾ ਕਿਦਾਂ ਦਾ ਹੈ ਸੋ ਬਾਕੀ ਇਹ ਆ ਵੀ ਭੀੜ ਤੁਹਾਨੂੰ ਪਤਾ ਵੀ ਇੱਕ ਵਾਰ ਜਦੋਂ ਤੁਰਪੋਏ ਸੁੱਖ ਨਾਲ ਗਰਮੀ ਬਥੇਰੀ ਆਉਣਾ ਇੱਕ ਵਾਰ ਤੁਰਪੋਏ ਫਿਰ ਮੁੜ ਕੇ ਉੱਥੇ ਕਿਹੜਾ ਰੋਗ ਦਾ ਡੱਕਦਾ ਪਰ ਚਲੋ ਇਹ ਅਗਲਿਆਂ ਨੇ ਹੁਣ ਵੇਖਣਾ ਵੀ ਇਹਦੇ ਚ ਹੁਣ ਕਿਵੇਂ ਸਿਆਸਤ ਦਾ ਮੋੜਾ ਕਟਾਉਣਾ ਕਿਉਂਕਿ ਵਿਰੋਧੀ ਇੱਥੇ ਕਹਣਗੇ ਵੇਖਿਆ ਭਜਾ ਤੇ ਕਿਨੇ ਹੁਣ ਤੇ ਲੋਕ ਸੁਣਨ ਨੂੰ ਵੀ ਤਿਆਰ ਨਹੀਂ ਦੂਜੇ ਪਾਸੇ ਉਹ ਕਹਣਗੇ ਵੇਖਿਆ ਜੀ ਜਨਤਾ ਦੇ ਵਿੱਚ ਪਿਆਰ ਕਿੰਨਾ ਉਹਨਾਂ ਨੇ ਤੇ ਮਤਲਬ ਸਾਨੂੰ ਬੋਲਣ ਦਾ ਮੌਕਾ ਤਾਂ ਕੋਈ ਨਹੀਂ ਦਿੱਤਾ ਕੀ ਆ ਕੀ ਨਹੀਂ ਇਹ ਤੇ ਸਮਝਣੇ ਦੱਸਣਾ ਪਰ ਦੂਜੇ ਪਾਸੇ ਜਿਹੜਾ ਬਾਬਾ RAMDEV ਆ ਜੀ ਉਹਦੇ ਕਹਿੰਦੇ ਫੇਰ ਕਿਸੇ ਥਾਂ ਤੋਂ ਬੰਦਿਆਂ ਨੂੰ ਦਵਾਈ ਦੁਈ ਜੀ ਕੋਈ ਪੁਛਤਿੱਧੀ ਫੜੀ ਗਈ ਤੇ ਫੇਰ ਬੰਦੇ ਕਾਬੂ ਕਰ ਲਈ। ਦੇਖੋ ਸੰਧਾਲੀਆ ਸਭ ਦਵਾਈ ਦਾ ਤਾਂ ਮਠੇ ਦਾ ਦਵਾਈ ਤਾਂ ਤਾਂ ਮਠਿਆਈ ਦਾ ਦਵਾਈ ਦਾ ਤਾਂ ਸਵਾਦ ਵਾਲੀਆਂ ਚੀਜ਼ਾਂ ਦਾ ਬੜਾ ਗੂੜਾ ਸਬੰਧ ਹੈ। ਜੇ ਮਠਿਆਈ ਮਠੀ ਹੋਈ ਜਾਨੀ ਚੰਗੀ ਹੋਵੇ ਤਾਂ ਕੋਈ ਗੱਲ ਨਹੀਂ ਬੰਦਾ ਠੀਕ ਹੀ ਰਹਿੰਦਾ ਤੇ ਜੇ ਥੋੜੀ ਜੀ ਤੁਹਾਡੇ ਅੱਗੇ ਹਲਵਾਈ ਦੀ ਹੋਵੇ ਤਾਂ ਫੇਰ ਆਹੋ। ਹੁਣ ਹੋਇਆ ਕੀ ਸੀ ਕਿ 2019 ਦੇ ਵਿੱਚ ਉਹ ਫੂਡ ਵਾਲਾ ਇਨਸਪੈਕਟਰ ਗਿਆ ਹੋਣਾ ਜਿਹੜਾ ਦੇਖਦਾ ਕਿ ਭਾਈ ਚੀਜ਼ਾਂ ਠੀਕ ਨਹੀਂ ਉਹਨੇ ਕਿਤੇ ਸੋਨ ਪਾਪੜੀ ਦੇ ਨਮੂਨੇ ਲੈ ਲੈ ਉਤਰਾਖੰਡ 'ਚ। ਤੇ ਪਈਏ ਮੈਨੂੰ ਸੋਨ ਪਾਪੜੀ ਚ ਗੜਬੜ ਲੱਗਦੀ ਐ ਪਤੀਸਾ ਹਾਂ ਮੈਂ ਦੇਖੋ ਮੈਂ ਜੋ ਉੱਥੇ ਫੜਿਆ ਗਿਆ ਉੱਤਰਾਖੰਡ ਦੀ ਗੱਲ ਐ ਜੋ ਉੱਥੇ ਫੜਿਆ ਗਿਆ ਮੋਦ ਦਾ ਕਹਿਣਾ ਤੁਸੀਂ ਤਾਂ ਆਨੇ ਜਾਣੇ ਨਹੀਂ ਹੋ ਨਾ ਨਹੀਂ ਨਹੀਂ ਮੈਨੂੰ ਇਹ ਮੈਨੂੰ ਤੇ ਜਿਹੜੀ ਪੰਜਾਬੀ ਦੀ ਗੱਲ ਸਮਝ ਆਉਂਦੀ ਮੈਂ ਤੇ ਉਹ ਕਹਿਣ ਨਾ ਸੋਨ ਪਾਪੜੀ ਮੈਂ ਹਾਂ ਅਗਲਾ ਬੰਦਾ ਆਖਿਆ ਯਾਰ ਸੋਨੇ ਦਾ ਕੋਈ ਕਾਰੋਬਾਰ ਸੀ ਮੈਂ ਕਿਹਾ ਪਤੀਸਾ ਦੱਸ ਦਈਏ ਚਲੋ ਹੁਣ ਉਹ ਪਤੀਸਾ ਜਿਹੜਾ ਉਹ ਫੜਿਆ ਉਹਦੇ ਨਮੂਨੇ ਭੇਜੇ 2020 ਦੇ ਵਿੱਚ ਨਮੂਨਿਆਂ ਦੀ ਰਿਪੋਰਟ ਆ ਗਈ ਤੇ ਰਿਪੋਰਟ ਆਈ ਕਿਸਰੇ ਦਾ ਘਟਿਆ ਪਤੀਸਾ ਤੇ ਪਈਏ ਜੇ ਖਾਓਗੇ ਤਾਂ ਬਿਮਾਰ ਹੋਵ 2020 ਤੋਂ 24 ਤੱਕ ਕੇਸ ਚੱਲਿਆ। ਅਦਾਲਤ ਨੇ ਕਿਹਾ ਕਿ ਭਾਈ ਜਿਹੜਾ ਉਹਨਾਂ ਦਾ ਇੱਕ ਸਹਾਇਕ ਮੈਨੇਜਰ ਪਤੰਜਲੀ ਦਾ 3 ਮਹੀਨੇ ਕੈਦ 5000 ਜੁਰਮਾਨਾ ਤੇ ਦੋ ਕਰਮਚਾਰੀ ਹੋਰ 3-3 ਮਹੀਨੇ ਕੈਦ ਤੇ ਜੁਰਮਾਨਾ ਉਹਨਾਂ ਨੂੰ ਥੋੜ੍ਹਾ ਜਿਹਾ ਘੱਟ। ਮਸਲਾ 3 ਮਹੀਨੇ ਕੈਦ ਦਾ ਨਹੀਂ। ਮਸਲਾ ਜੁਰਮਾਨੇ ਦਾ ਵੀ ਨਹੀਂ। ਮਸਲਾ ਤੇ ਹੈ ਕਿ ਅਦਾਲਤਾਂ ਸਬੂਤ ਕਰ ਰਹੀਆਂ ਕਿ ਤੁਸੀਂ ਘਟੀਆ ਚੀਜ਼ ਬਣਾਉਂਦੇ ਹੋ। ਉਹਦੇ ਵਿੱਚ ਕੀ ਘਟੀਆ ਸੀ? ਅਸੀਂ ਨਹੀਂ ਕਹਿੰਦੇ ਕਿ ਸਾਰੀਆਂ ਚੀਜ਼ਾਂ ਮਾੜੀਆਂ ਨੇ। ਪਰ ਜੇ ਕਿਤੇ ਕੁਝ ਮਾੜਾ ਜੇ ਤੁਹਾਡਾ ਕਾਰੋਬਾਰ ਇੰਨਾ ਫੈਲ ਗਿਆ ਸੰਧਾਲੀਆਂ ਸਭ ਘੱਟੋ ਘੱਟ ਉਹਦੇ ਤੇ ਨਿਗਾ ਰੱਖਣ ਵੀ ਚਾਰ ਬੰਦੇ ਇਦਾਂ ਦੇ ਰੱਖ ਲੋ ਦੇਖੋ ਗੱਲ ਇਹ ਜੇ ਤੇ ਮਿਰਰਗੇ ਬੰਦੇ ਰੱਖੇ 50 ਸਵਾ ਇਹ ਘੱਟ ਜਾ ਕਰਨਾ ਆਨਾ ਅਗਲੇਣਾ ਯਾਰ ਕੱਲ ਕੁਛ ਨਹੀਂ ਜੀ ਮੈਂ ਮਾੜਾ ਜਿਹਾ ਮਿੱਠਾ ਵੇਖਿਆ ਮੁੜ ਕੇ ਮੈਂ ਉਧਰ ਕੁਛ ਕਰਨ ਲੱਗ ਪਿਆ ਰੋਟੀ ਖਾ ਕੇ ਆਏ ਤੇ ਮਿਰਚੀ ਲੱਗੀ ਮੈਂ ਮਾੜਾ ਜਿਹਾ ਫੇਰ ਮਿੱਠਾ ਵੇਖ ਲਿਆ ਨਹੀਂ ਮੈਂ ਉਹਨਾਂ ਨੂੰ ਇੱਕ ਸਲਾਹ ਦਵਾਂਗਾ ਕਿ ਜੇ ਗੁਰਪ੍ਰੀ ਭਾਜੀ ਵਰਗਾ ਬੰਦਾ ਉੱਥੇ ਰੱਖਣਾ ਨਾ ਤਾਂ 1000 ਗ੍ਰਾਮ ਵਾਲੇ ਡੱਬੇ ਦੇ ਵਿੱਚ ਤੁਸੀਂ 1200 ਗ੍ਰਾਮ ਪਤੀਸਾ ਪਾਉਣਾ ਕਿਉਂਕਿ ਇੱਕ ਦੋ ਪੀਸ ਇਹਨਾਂ ਨੇ ਬਾਅਦ ਖਾ ਹੀ ਲਿਆ। ਕਿਆ ਇਹ ਵੀ ਵੀ ਰੇਟ ਨਾਲ ਸੋਦਾ ਜੇ ਉਹ ਵੀ ਯਾਰ 900 ਗ੍ਰਾਮ ਬਲੀਆ 950 ਗ੍ਰਾਮ ਫਿਰ ਨਿਕਲੇ ਚ ਉਹ ਕਿਤੇ ਸੰਧਾਲੀ ਦੀ ਨਿਗਾ ਨਹੀਂ ਪਈ ਹੋਣੀ ਉਹ ਕਿਤੇ ਡੱਬਾ ਲੈਣਾ ਪਾ ਰਹਿ ਗਿਆ ਪਰ ਚਲੋ ਦੇਖੋ ਇਹ ਕਾਰਨ ਇਹ ਆ ਵੀ ਪਿਛਲੇ ਕੁ ਸਮੇਂ ਤੋਂ ਲਗਾਤਾਰ ਇੱਕ ਤੇ ਉਹ ਪਹਿਲਾਂ ਮਸ਼ਹੂਰੀਆਂ ਵਾਲੇ ਕੇਸ ਦੇ ਵਿੱਚ ਕਿੰਨੀ ਵਾਰ ਉੱਥੇ ਜਾ ਕੇ ਤੇ ਉਹ ਸਟਿਲ ਫੈਸਲਾ ਰੱਖਣਾ ਹਾਂ ਮਾਫੀਆਂ ਮੰਗੀਆਂ ਜੀ ਅਜੇ ਪਤਾ ਨਹੀਂ ਅਦਾਲਤ ਨੇਗਾ ਕੀ ਕਹਿਣਾ ਉਦੇ ਤੋਂ ਬਾਅਦ ਜਦੋਂ ਪਹਿਲਾਂ ਕਦੀ ਦਵਾਈਆਂ ਜੋ ਹੋਣੀ ਬਣਾ ਇਹੋ ਜਿਹੇ ਜਿਹੜੇ ਖਾਣ ਪੀਣ ਵਾਲੇ ਪਦਾਰਥ ਨੇ ਉਹਨਾਂ ਦੇ ਵਿੱਚ ਵੀ ਜੇ ਕੁਛ ਇਹੋ ਜੀ ਬਾਦ ਘਾਟ ਨਿਕਲਦੀ ਆ ਤੇ ਪਹਿਲੀ ਗੱਲ ਤੇ ਵੀ ਬਾਬੇ ਰਾਮ ਦੇ ਬਰੋਂ ਧਿਆਨ ਦੇਣਾ ਚਾਹੀਦਾ ਕਿਉਂਕਿ ਬ੍ਰਾਂਡ ਉਹਨਾਂ ਨੇ ਬਣਾ ਲਿਆ ਥੋੜੇ ਚਿਰ ਚ ਹੂੰ ਤੇ ਲੋਕਾਂ ਦਾ ਯਕੀਨ ਵੀ ਉੱਤੇ ਵੱਜ ਗਿਆ ਕਿਉਂਕਿ ਜਦੋਂ ਬੰਦਾ ਇਦਾਂ ਕੋਈ ਕੋਈ ਵੇਸਪੂਸ਼ਾ ਹੋਵੇ ਕਿ ਵੀ ਹਾਂ ਬੰਦਾ ਉਹ ਸਾਧੂ ਟਾਈਪ ਆ ਫਿਰ ਲੋਕਾਂ ਦਾ ਹੁੰਦਾ ਵੀ ਹਾਂ ਯਾਰ ਮਤਲਬ ਇਹ ਬੰਦਾ ਗਲਤ ਨਹੀਂ ਕਰ ਸਕਦਾ ਕੁਝ ਵੀ ਪਰ ਜਦੋਂ ਇੱਕ ਤੋਂ ਬਾਅਦ ਦੂਜਾ ਦੂਜਾ ਤੇ ਤੀਜਾ ਤੇ ਚੌਥਾ ਇਨਸੀਡੈਂਟ ਹੋਵੇ ਉਹ ਵਿਸ਼ਵਾਸ ਟੁੱਟਦਾ ਤੇ ਮੇਰਾ ਖਾਲ ਵਿਸ਼ਵਾਸ ਟੁੱਟਣ ਤੋਂ ਥੋੜਾ ਜਿਹਾ ਵਿਚਾਰ ਰੱਖਣਾ ਚਾਹੀਦਾ ਸੰਧਾਲੀਆਂ ਸਭ ਲੁਧਿਆਣੀ ਚੱਲਣਾ ਚੱਲੇ ਚੱਲਦੇ ਆ ਵੇਹੇ ਸ਼ਾਮਾਂ ਆਈਆਂ ਨਾ ਚਲੀ ਜਾਂ ਸਵੇਰੇ ਸਵੇਰ ਚਲੇ ਜਾਂਦੇ ਬਾਅਦ ਚ ਗਰਮੀ ਬੜੀ ਨਹੀਂ ਇਹੀ ਤਾਂ ਤੁਹਾਨੂੰ ਦਿਖਾਉਣੀ ਆ ਗਰਮੀ ਹੀ ਤਾਂ ਤੁਸੀਂ ਜਿਹੜੀ ਗੱਲ ਕਰਦੇ ਨੇ ਦੇਖੋ ਜਿੰਨੇ ਖੇਤਾਂ ਚ ਕੰਮ ਕਰਦੇ ਬੰਦੇ ਦੁਪਹਿਰੇ ਵੀ ਕੰਮ ਕਰਨਾ ਪੈਂਦਾ ਭੱਠਿਆਂ ਤੇ ਦੁਪਹਿਰੇ ਕੰਮ ਕਰਨਾ ਪੈਂਦਾ ਤੁਸੀਂ ਉਹਨਾਂ ਦੀਆਂ ਵੋਟਾਂ ਮੰਗਦੇ ਆ ਤਾਂ ਦੁਪਹਿਰਾ ਦੇਖਣਾ ਨਹੀਂ ਉਹ ਕਹਿੰਦੇ ਤਿੱਖੜ ਦੁਪਹਿਰਾ ਦੇਖਣਾ ਮੈਂ ਤੁਹਾਨੂੰ ਨਾਲ ਚੱਲਣਾ ਤੌਲੀਆ ਭਿਓ ਕੇ ਸਿਰ ਤੇ ਦੇਣਾ ਮੇਰਾ ਕੰਮ ਰੀਡੀਏਟਰ ਤੇ ਤੇ ਤੁਹਾਡਾ ਇੱਕ ਹੋਰ ਮਸਲਾ ਹੋਣਾ ਤੁਸੀਂ ਤੌਲੀਆ ਹਮੇਸ਼ਾ ਦੀ ਮੰਗ ਚਾਉਣਾ ਚਿੱਟਾ ਸਫੈਦ ਵਾਈਟ ਇੱਕ ਸੀਟ ਤੇ ਡੂੰਘੀ ਤਰ੍ਹਾਂ ਸਫੈਦ ਇੱਕ ਤੌਲੀਆ ਚਿੱਟਾ ਸੀਟ ਤੇ ਇੱਕ ਸਿਰ ਤੇ ਤੇ ਇੱਕ ਪੱਟਾ ਤੇ ਇੱਕ ਪੱਟਾ ਤੇ ਆਏ ਹਾਏ ਤਿੰਨ ਤੌਲੀਆ ਤੇ ਉਹਦੇ ਤਿੰਨ ਸੈਟ ਰੱਖਾਂਗਾ ਮੈਂ ਹਾਂ ਬਾਅਦ ਚੌਥੇ ਜਾ ਕੇ ਮਤਲਬ ਮਾਰ ਜੇ ਉਂਗਲੀਆਂ ਨਾਲੇ ਹੱਥ ਹੋਣੇ ਫਿਰ ਹੱਥ ਪੁੰਜਲੀ ਚਿੱਟਾ ਤੌਲੀਆ ਤੇ ਮੇਰੇ ਅਗੇ ਨਹੀਂ ਆਏ ਲਾਸਰ ਹਾਂ ਅੱਛਾ ਸੰਦਲ ਯਸਰ ਲੁਧਿਆਣੇ ਕੀ ਹੋਇਆ ਉਹ ਵੀ ਬੰਦੇ ਮਤਲਬ ਕਮਾਲ ਹੀ ਨੇ ਨਾ ਚਲੋ ਵੋਟਾਂ ਤੋਂ ਬਾਅਦ ਕਿਸੇ ਵੇਲੇ ਗੱਲ ਕਰਾਂਗੇ ਬੰਦੇ ਕਮਾਲ ਹੀ ਨੇ ਚਲੋ ਸਿਮਰਜੀਤ ਸਿੰਘ ਬੈਂਸ ਵੱਡੀ ਹ ਵਿਵਾਦਾਂ 'ਚ ਵੀ ਨੇ ਤੇਜ਼ ਵੀ ਬਹੁਤ ਨੇ ਲੋਕਾਂ ਦਾ ਪਿਆਰ ਵੀ ਬਹੁਤ ਮਿਲਿਆ 1 2022 ਵਿੱਚ ਚੋਣੋਂ ਛੱਡ ਕੇ ਇੱਕ ਚੋਣ 'ਚ ਉਹ ਫੇਲ ਹੋਏ ਆ ਬਾਕੀ ਇਲੈਕਸ਼ਨਾਂ ਦੇ ਵਿੱਚ ਤਾਂ ਜਿੱਤੇ ਰਹਿ ਤਿੰਨ ਲੱਖ ਵੋਟਾਂ ਲੈਣੀਆਂ ਉਹ ਵੀ ਬਿਨਾ ਕਾਂਗਰਸ ਬਿਨਾ ਅਕਾਲੀ ਬਿਨਾ ਭਾਜਪਾ ਤੇ ਬਿਨਾ ਆਪ ਇੱਕ ਲੋਕ ਸਭਾ ਹਲਕੇ ਤੋਂ ਉਹਨਾਂ ਦੇ ਹਿੱਸੇ ਆਇਆ ਲੁਧਿਆਣੇ ਤੋਂ ਇੱਕ ਵਾਰੀ 2 ਲੱਖ ਇੱਕ ਵਾਰੀ 3 ਲੱਖ 78000 ਛੇ ਵਾਰੀ ਦੂਜੇ ਨੰਬਰ ਤੇ ਕਿੰਨੀ ਵਾਰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜ਼ਿਕਰ ਕੀਤਾ ਕਿ ਬੈਂਸ ਜਿੱਧਰ ਚਲੇਗਾ ਭਲੜਾ ਭਾਰੀ ਹੋਊਗਾ અમરਿੰਦਰ ਸਿੰਘ ਰਾજાવડિંગ લાગਦਾ ਸੀ કે ਜਦੋਂ ਕਮਲਜੀਤ ਸਿੰਘ ਬਰਾੜ ਖੜੇ ਹੋ ਗਏ ਉਹਨਾਂ ਦੀ ਪਾਰਟੀ ਦੇ ਵਿੱਚੋਂ ਹੀ ਆਜ਼ਾਦ ਪਾਰਟੀ ਚੋਂ ਕੱਢੇ ਹੋਆ ਪਰ ਲੰਬਾ ਸਮਾਂ ਬਾਪੂ ਉਹਨਾਂ ਦੇ ਵੀ ਤੋਂ ਆਪ ਵੀ ਪਾਰਟੀ 'ਚ ਰਹੇ ਐਮਐਲਏ ਰਹੇ ਬਾਪੂ ਜੀ ਉਹਨਾਂ ਦੇ ਮੰਤਰੀ ਰਹੇ ਕਿ ਰਾਜਾ ਵੜਿੰਗ ਹੋਰਾਂ ਨੂੰ ਨੁਕਸਾਨ ਪੜਾ ਉਹਨਾਂ ਨੇ ਪੂਰਤੀ ਬੈਂਸ ਭਰਾਵਾਂ ਦੀ ਪਾਰਟੀ ਨੂੰ ਕਾਂਗਰਸ 'ਚ ਸ਼ਾਮਲ ਕਰਾ ਕੇ ਕਰਤੀ ਹੁਣ ਜਿਹੜੇ ਬੰਦੇ ਦੇ ਕੋਲ 3 ਲੱਖ 2 ਲੱਖ ਵੋਟਾਂ ਰਹੀਆਂ ਦੋ ਦੋ ਵਾਰੀ ਉਹ ਐਮਐਲਏ ਰਹੇ ਨੇ ਦੋ ਦੋ ਹਲਕਿਆਂ ਤੋਂ ਐਸ்சிਪੀਸੀ ਦੇ ਮੈਂਬਰ ਨੇ ਬਲਵਿੰਦਰ ਸਿੰਘ ਬੈਂਸ ਫਰਕਤਾ ਪੈਣਾ ਖਾਸ ਤੌਰ ਤੇ ਲੁਧਿਆਣਾ ਸ਼ਹਿਰ ਕਿਉਂ ਜੇ ਆਪਾਂ ਦੇਖੀਏ ਤਾਂ ਰਵਨੀਤ ਬਿੱਟੂ ਹੋਰਾਂ ਦਾ ਮੇਨ ਫੋਕਸ ਲੁਧਿਆਣੇ ਸ਼ਹਿਰ ਤੇ ਹੈ। ਬੈਸਪਰਾ ਵੀ ਲੁਧਿਆਣੇ ਸ਼ਹਿਰ ਤੋਂ ਹੀ ਜਿੱਤਦੇ ਰਹੇ ਐ। ਬਹੁਤਿਆਂ ਵੋਟਾਂ ਸ਼ਹਿਰ ਤੋਂ ਹੀ ਮਿਲਦੀਆਂ ਰਹੀਆਂ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਉਸ ਗਲਤੀ ਤਾਂ ਬਰਾਬਰੀ ਰਾਜਾ ਵੜਿੰਗ ਹੋਣਾ ਨਹੀਂ ਕਰਤੀ। ਹੁਣ ਜਿਹੜੇ ਕੇਸ ਚੱਲਦੇ ਨੇ ਸਿਮਰਜੀਤ ਸਿੰਘ ਬੈਸ ਹੋਰਾਂ ਦੇ ਉੱਤੇ ਜਿੱਥੇ ਭਾਜਪਾ ਦੇ ਉਮੀਦਵਾਰ ਤੇ ਤਿੰਨ ਵਾਰ ਦੇ ਐਮਪੀ ਰਵਨੀਤ ਸਿੰਘ ਬਿੱਟੂ ਹੋਰੀ ਜਾਂਦੇ ਐ ਉਹ ਪਹਿਲੇ ਕਹਿੰਦੇ ਕਿ ਭਾਈ ਉਹ ਦੇਖੋ ਬੰਦਾ ਸਿਮਰਜੀਤ ਸਿੰਘ ਬੈਸ ਨੂੰ ਨਾਲ ਲਈ ਫਿਰਦਾ ਤੇ ਇੱਕ ਬੀਬੀ ਨੇ ਕਿਦਾਂ ਦੇ ਦੋਸ਼ ਲਾਏ ਸੀ। ਕਾਫੀ ਕੁਝ ਬੋਲ ਹੁਣ ਸਿਮਰਜੀਤ ਸਿੰਘ ਬੈਂਸ ਹੋਰਾਂ ਨੇ ਫੇਰ ਕਰ ਲਈ ਪ੍ਰੈਸ ਕਾਨਫਰੰਸ ਤੇ ਉਹਦੇ ਤੋਂ ਪਹਿਲਾਂ ਉਹਨਾਂ ਨੇ ਕੀਤੀ ਸੀ ਇੱਕ ਰੈਲੀ ਵੱਡੀ ਰਾਜਾ ਵੜਿੰਗ ਦੇ ਹੱਕ ਚ ਉਹ ਕਹਿੰਦੇ ਸੀ ਆ ਗਿਆ ਬੈਂਸ ਸੀਟ ਜਿੱਤੂ ਹੁਣ ਵੜਿੰਗ ਚੜਾ ਸਿਮਰਜੀਤ ਸਿੰਘ ਬੈਂਸ ਹੋਰੀ ਕਹਿੰਦੇ ਕਿ ਮੈਨੂੰ ਆਉਂਦੇ ਆ ਟੈਲੀਫੋਨ ਆਏ ਪਹਿਲਾਂ ਮੈਨੂੰ ਕਹਿੰਦੇ ਸੀ ਤੈਨੂੰ ਵਾਈ ਕੈਟਾਗਰੀ ਦੀ ਸਿਕਿਉਰਿਟੀ ਲੈ ਦੇਾਂਗੇ ਮੈਂ ਤਾਂ ਇੱਥੋਂ ਚਲੇ ਜਾਣਾ ਤੁਸੀਂ ਉਹ ਸੰਭਾਲਣਾ ਲੁਧਿਆਣਾ ਜਿਹਨੂੰ ਮਰਜ਼ੀ ਕਾਉਂਸਲਰ ਬਣਾਇਓ ਜਿਹਨੂੰ ਮਰਜ਼ੀ ਮੇਅਰ ਬਣਾਇਓ ਮੈਂ ਤਾਂ ਦਿੱਲੀ ਰਹਿਣਾ ਜਿੱਦਾਂ ਮਰਜ਼ੀ ਐਮਐਲਏ ਦੀਆਂ ਟਿਕਟਾਂ ਵੰਡਿਓ ਤੁਹਾਡੇ ਹੱਥ ਹੋਊਗਾ ਸਾਰ ਇਹਦਾ ਮਤਲਬ ਹੈ ਕਿ ਇਹ ਮੀਤ ਸੀ ਬੰਦੇ ਦੀ ਜਿਹੜਾ ਸਾਰੇ ਬੰਦੇ ਭਾਲਦੇ ਸੀ ਕਿ ਪਾਈ ਸਿਮਰਜੀਤ ਸਿੰਘ ਬੈਂਸ ਨੂੰ ਲੈ ਚਲੀ ਆਪਣੇ ਪਾਸੇ ਉਹਦੇ ਪਲੜੇ ਦੇ ਵਿੱਚ ਚਾਰ ਵੋਟਾਂ ਤਾਂ ਹੈਗੀਆਂ ਪੂਣੀਆਂ ਹੈਗੀਆਂ ਕਤੜ ਨੂੰ ਫਿਰ ਉਹਨਾਂ ਨੇ ਇੱਕ ਆਡੀਓ ਸੁਣਾਤੀ ਉਹਦੇ ਵਿੱਚ ਵੀ ਕਈ ਗੱਲਾਂ ਬਾਤਾਂ ਪਾਰਟੀ ਨੂੰ ਕਈਆਂ ਜਿਹਾ ਚਲੋ ਕੋਈ ਗੱਲ ਨਹੀਂ ਉਹ ਕਹਿੰਦੇ ਜੀ ਆ ਮੈਂ ਰਿਕਾਰਡਿੰਗ ਕੀਤੀ ਹੈ ਮੈਨੂੰ ਤੇ ਜਿਹੜੇ ਬਿੱਟੂ ਸਾਹਿਬ ਰਵਨੀਤ ਬਿੱਟੂ ਹਰੀ ਟੈਲੀਫੋਨ ਕਰਦੇ ਹੁੰਦੇ ਸੀ ਫਿਰ ਉਹਨਾਂ ਨੇ ਦੋ ਸ਼ਬਦ ਵਰਤੇ ਇੱਕ ਮੰਦਬੁੱਧੀ ਇੱਕ ਸ਼ਬਦ ਹੋਰ ਵਰਤੇ ਆ ਮੈਂ ਵਰਤਣਾ ਨਹੀਂ ਹੂੰ ਤੇ ਉਹ ਇੱਕ ਵਾਰ ਨਹੀਂ ਉਹ ਕਈ ਵਾਰ ਵਰਤਿਆ ਕਹਿੰਦੇ ਜੀ ਜਦੋਂ ਤਾਂ ਤਿਆਰ ਖੜੇ ਹੁੰਦੇ ਆ ਸੂਟਡ ਬੂਟਡ ਹੁੰਦੇ ਆ ਉਦੋਂ ਤਾਂ ਬੜੇ ਵਧੀਆ ਲੱਗਦੇ ਆ ਬਿੱਟੂ ਸਾਹਿਬ ਤਿੰਨ ਵਾਰ ਦੇ ਐਮਪੀ ਆ ਪਰ ਜਿੱਦਾਂ ਹੀ ਮੂੰਹ ਖੋਲਦੇ ਆ ਜਿੱਦਾਂ ਹੀ ਭੁੱਲਦੇ ਆ ਤੇ ਉਹਦੇ ਤੋਂ ਬਾਅਦ ਐਂ ਲੱਗਦਾ ਜਿਦਾ ਮਨਜਬੂਤੀ ਬੋਲਦੇ ਹੋ ਦੇਖੋ ਉਹ ਤਿੰਨ ਵਾਰ ਦੇ ਐਮਪੀ ਨੇ ਪਹਿਲਾ ਸ਼੍ਰੀਨੰਦਪੁਰ ਸਾਹਿਬ ਦੇ ਲੋਕਾਂ ਨੇ ਜਿਤਾਇਆ ਦੋ ਵਾਰ ਥੋਡੇ ਬੈਂਸ ਸਾਹਿਬ ਲੁਧਿਆਣੇ ਦੇ ਲੋਕਾਂ ਨੇ ਜਿਤਾਇਆ 31000 ਵੋਟਾਂ ਭਗਵੰਤ ਮਾਨ ਸਾਹਿਬ ਤੇ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਮੁਕਾਬਲੇ ਉਹਨਾਂ ਨੇ ਉਹ ਜਲਾਲਾਬਾਦ ਤੋਂ ਵੀ ਲੈ ਲਈਆਂ ਸੀ 20 ਜੇ ਕੁਝ ਉਹਨਾਂ ਨੇ ਗਲਤ ਕਿਹਾ ਹੂੰ ਜਨਤਕ ਕਰਦੇ ਹੋ ਮੋਰੇ ਉਹ ਵੀ ਦੱਸ ਦੇਣਗੇ ਕਿ ਭਾਈ ਮੈਂ ਇਦਾਂ ਕਿਉਂ ਕਿਹਾ ਜਾਂ ਕਿਧਰਲੇ ਪਾਸੇ ਨੂੰ ਕਿਹਾ ਪਰ ਜੋ ਕੁਝ ਇਸ ਵੇਲੇ ਹੋ ਰਿਹਾ ਹੁਣ ਦਵਨੀਤ ਪਿੱਟੂ ਰਣੀ ਵੀ ਕਿਹਾ ਕਿ ਜਾਂਚ ਕਰਾਓ ਪਈ ਉਹ ਵੀ ਉਧਰਲੇ ਪਾਸੇ ਮੋਰੇ ਆ ਗਏ ਪਰ ਇਹਦੇ ਵਿੱਚੋਂ ਕਿਤੇ ਵੀ ਕੋਈ ਲੋਕਾਂ ਦਾ ਮਸਲਾ ਨਜ਼ਰ ਨਹੀਂ ਆਉਂਦਾ ਮੈਂ ਜੀ ਗੁਰਕੀਰਤ ਕੋਟਲੇ ਦੀ ਗੱਲ ਛੱਡ ਗਿਆ ਵੇਖੋ ਇੱਕ ਗਲਤ ਹੈਗੀ ਆ ਵੀ ਮੈਂ ਸਭ ਨੇ ਜਿਹੜੀ ਗੱਲ ਇਹ ਕਹੀ ਕਿ ਵੀ ਜਦੋਂ ਇਹਨਾਂ ਨੇ ਗੱਲ ਚੁੱਕੀ ਜੀ ਵਾਰ-ਵਾਰ ਉਹੀ ਗੱਲ ਚੁੱਕਦੇ ਸੀ ਜਿਹੜੀ ਚੀਜ਼ ਦਾ ਤੁਸੀਂ ਹੁਣ ਜ਼ਿਕਰ ਕੀਤਾ ਉਹ ਕਹਿੰਦੇ ਸੁਨੇਮਿਕਲੇ ਹੂੰ ਬਿੱਟੂ ਜੀ ਗੱਲਾਂ ਠੀਕ ਨਹੀਂ ਰਾਜਨੀਤੀ ਕਰਨੀ ਆਪਾਂ ਹੋਰ ਬਥੇਰੇ ਮੁੱਦੇ ਨੇ ਉੱਤੇ ਕਰ ਲੈਣੇ ਉਹ ਕਹਿੰਦੇ ਵੀ ਨਹੀਂ ਹਟੇ ਨਹੀਂ ਇਹਦਾ ਮਤਲਬ ਇਹ ਹੋ ਗਿਆ ਵੀ ਪਹਿਲਾਂ ਅੰਦਰੇ ਅੰਦਰ ਕਈ ਕੁਝ ਹੋਇਆ ਉਸ ਤੋਂ ਬਾਅਦ ਵੈ ਸਾਬ ਨੇ ਸੋਚਿਆ ਹੋਊਗਾ ਵੀ ਨਹੀਂ ਵੇ ਹੁਣ ਤਾਂ ਬਰਾਬਰ ਆਉਣਾ ਪੈਣਾ ਮੋੜੀ ਗੱਟਣੀ ਪੈਣੀ ਪਰ ਤੁਸੀਂ ਇੱਕ ਗੱਲ ਦੇਖੋ ਕਿ ਵੈ ਸਾਬ ਮੇਰਾ ਖਿਆਲ ਜਿੰਨੀ ਦੇਰ ਤੱਕ ਉਹ ਵੈਸਪਰਾ ਚੁੱਪ ਰਹੇ ਨੇ ਉਸ ਤੋਂ ਪਹਿਲਾਂ ਉਹਨਾਂ ਨੇ ਜ਼ਿਕਰ ਹੀ ਨਹੀਂ ਕੀਤਾ ਆਪਾਂ ਕਿੰਨੀ ਵਾਰ ਗੱਲ ਕਰਦ ਰਹੇ ਵੀ ਉਹ ਕਿੱਧਰ ਜਾਣਗੇ ਕਿੱਧਰ ਨਹੀਂ ਜਾਣਗੇ ਤੇ ਜਦੋਂ ਆਪਾਂ ਸਟਾਰਟਿੰਗ ਦੀ ਗੱਲ ਕਰਦੇ ਆ ਤੁਸੀਂ ਇਹ ਦੇਖੋ ਵੀ ਉਦੋਂ ਕਿਉਂਕਿ ਬੀਜੇਪੀ ਦਾ ਨੇੜ ਤਾਂ ਅਸੀਂ ਆਸ ਬੜੀ ਸੀ ਵੀ ਹਾਂ ਵੀ ਸਿੱਖ ਚੇਹਰਾ ਨੇ ਲੁਧਿਆਣੇ ਚ ਦਬਦਬਾ ਹੈ ਤੇ ਜੇ ਬੀਜੇਪੀ ਨੂੰ ਬੰਦਾ ਚਾਹੀਦਾ ਤੇ ਉਹਨਾਂ ਤੋਂ ਵਧੀਆ ਕਿਹੜਾ ਹੋ ਹੁਣ ਬੀਜੇਪੀ ਦੇ ਵਿੱਚ ਐਂਟਰੀ ਉਹਨਾਂ ਦੀ ਹੋਈ ਨਹੀਂ ਜਾਂ ਹੋਣ ਨਹੀਂ ਦਿੱਤੀ ਇਹਦਾ ਜਵਾਬ ਉਹ ਆਪ ਦੇ ਦੇਣਗੇ ਕੁਝ ਗੱਲਾਂ ਨਿਕਲ ਕੇ ਸਾਹਮਣੇ ਆਉਣੀਆਂ ਨਹੀਂ ਤਾਂ ਉਮੀਦਵਾਰ ਬਿੱਟੂ ਸਾਹਿਬ ਦੀ ਜਗ੍ਹਾ ਉਹ ਵੀ ਹੋ ਸਕਦੇ ਸੀ ਮੈਂ ਉਹੀ ਕਹਿ ਰਿਹਾ ਪਿਓ ਹੋਣ ਨਹੀਂ ਦਿੱਤੀ ਜਾਂ ਹੋਈ ਨਹੀਂ ਕੀ ਕਾਰਨ ਇਹਾ ਹੋ ਸਕਦਾ ਬੈਂਸਾਬ ਆਪਣੇ ਮੂੰਹ ਆਪ ਥੋੜੇ ਦਿਨਾਂ ਤੱਕ ਦੱਸ ਦੇਣਾ ਆਪਾਂ ਕਾਹਨੂੰ ਗੱਲ ਕਰਨ ਹੁਣ ਉਹਦੇ ਤੋਂ ਬਾਅਦ ਆਸ ਉਮੀਦ ਇਹ ਸੀ ਵੀ ਕਿੱਧਰ ਜਾਣਗੇ ਅਕਾਲੀ ਦਲ ਵਾਲੇ ਪਾਸੇ ਜਾਣਗੇ ਕਾਂਗਰਸ ਵਾਲੇ ਪਾਸੇ ਜਾਣਗੇ ਜਾਂ ਫੇਰ ਇੰਡੀਪੈਂਡੈਂਟ ਖੜ ਜਾਣਗੇ ਉਹ ਵੀ ਗੱਲ ਜਦੋਂ ਅਕਾਲੀ ਦਲ ਨੇ ਕੈਂਡੀਡੇਟ ਦੇਤਾ ਤੇ ਗੱਲ ਕਲੀਅਰ ਹੋ ਗਈ ਫਿਰ ਜਦੋਂ ਕਾਂਗਰਸ ਪਾਰਟੀ ਵੱਲੋਂ ਰਾਜਾ ਵੜਿੰਗ ਸਾਹਿਬ ਆ ਗਏ ਫਿਰ ਲੋਕ ਹੋਰ ਦੇਖਣ ਵੀ ਯਾਰ ਆ ਕੀ ਬਣ ਗਿਆ ਵੀ ਮਤਲਬ ਟੋਟਲੀ ਕਿਸੇ ਪਾਰਟੀ ਨੇ ਕੰਸੀਡਰ ਨਹੀਂ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਨਾਲ ਤਾਂ ਸ਼ੁਰੂ-ਸ਼ੁਰੂ ਸਾਂਝੀ ਸੀਗੀ ਉਹਦੇ ਜਦੋਂ ਪੱਪੀ ਸਾਹਿਬ ਨੂੰ ਨੇ ਟਿਕਟ ਦੇਤੀ ਤੇ ਕੰਮ ਇਦਰੋਂ ਤੇ ਮੁੱਕ ਗਿਆ ਸੀ ਹੁਣ ਚਾਰ ਧਿਰਾਂ ਮੁੱਖ ਤੇ ਚਾਰ ਦੀਆਂ ਚਾਰ ਧਿਰਾਂ ਵਾਲੇ ਪਾਸੇ ਬੈਂਸ ਸਾਹਿ ਉਹਦੇ ਜਿੱਦਣ ਰਾਹੁਲ ਗਾਂਧੀ ਉਹਦੇ ਨਾਲ ਫੋਟੋ ਆਈ ਏ ਤੇ ਗਾਂ ਵੜਿੰਗ ਸਾਹਿਬ ਨੇ ਟਵੀਟ ਕੀਤੀ ਉਹਦਣ ਰੌਲਾ ਪਿਆ ਵੀ ਆ ਕੀ ਹੋ ਗਿਆ ਇਹਦਾ ਮਤਲਬ ਇਹ ਹੋ ਗਿਆ ਵੀ ਉਦੋਂ ਤੱਕ ਵਿੱਚੇ ਵਿੱਚ ਕਈ ਕੁਛ ਰਿਜਦਾ ਪੱਕਦਾ ਸੀ ਉਹ ਹੁਣ ਜਿਹੜਾ ਕੁਛ ਰਿਜਦਾ ਪੱਕਦਾ ਸੀ ਉਹਦੇ ਤੋਂ ਬਾਅਦ ਜਦੋਂ ਆ ਗੱਲ ਸਾਹਮਣੇ ਆਈ ਹੁਣ ਤੁਸੀਂ ਦੇਖੋ ਵੀ ਬੈਂਸ ਭਰਾ ਜੇ ਕਾਂਗਰਸ ਪਾਰਟੀ ਜਗਾਇਆ ਜਾਂ ਰਾਜੇ ਵੜਿੰਗੁਰਾਂ ਦੇ ਨਾਲ ਆਏ ਤੇ ਡੈਫੀਨੇਟਲੀ ਬਿੱਟੂ ਸਾਹਿਬ ਨੇ ਤੇ ਮਹਿਸੂਸ ਤੇ ਕਰਨਾ ਹੀ ਵੀ ਯਾਰ ਭਾਵੇਂ ਕੁਝ ਵੀ ਹੈ ਇੱਕ ਵੱਡਾ ਚੰਗ ਉਸ ਪਾਸੇ ਚਲੇਗਾ ਮੋੜ ਹੋ ਸਕਦਾ ਉਹਨਾਂ ਨੇ ਵੇਖਿਆ ਵੀ ਅੱਛਾ ਯਾਰ ਇਹਨਾਂ ਨੂੰ ਕਿਵੇਂ ਰੋਕੀਏ ਉਹਨਾਂ ਨੇ ਅਟੈਕ ਉਹ ਦੂਜਾ ਛੋੜ ਲਿਆ ਜਿਹਦਾ ਉਹ ਜ਼ਿਕਰ ਕਰਦਣੇ ਵੀ ਮੈਂ ਬੜੀ ਯਾਰਾਂ ਵਰਗੇ ਇਸ ਵੀ ਨਾ ਕਰਉ ਮੈਨੂੰ ਲੱਗਦਾ ਵੀ ਉਹ ਜਿੱਥੇ ਲੜਾਈ ਐ ਇਸ ਵਕਤ ਪਰਸਨਲ ਲੈਵਲ ਤੇ ਚੱਲ ਗਈ ਬੈਂਸ ਭਰਾਵਾਂ ਨੇ ਵੀ ਜਦੋਂ ਉਹਨੂੰ ਨਿੱਜੀ ਤੌਰ ਤੇ ਲੈ ਲਿਆ ਲੜਾਈ ਨੂੰ ਤੇ ਬਿੱਟੂ ਸਾਹਿਬ ਨੇ ਛੇੜ ਇਧਰੋਂ ਛੇੜ ਲਈ ਮੈਨੂੰ ਐਂ ਜਾਪਦਾ ਪਤਾ ਨਹੀਂ ਕਿਉਂ ਵੀ ਵੜਿੰਗ ਸਾਹਿਬ ਦਾ ਕੰਮ ਥੋੜਾ ਜਿਹਾ ਸੌਖਾ ਹੋ ਗਿਆ ਜਦੋਂ ਉਹਨਾਂ ਜਾਪਦਾ ਸੀ ਵੀ ਮੈਂ ਬਾਹਰੋਂ ਜਾ ਕੇ ਪਤਾ ਨਹੀਂ ਲੁਧਿਆਣੇ ਵਾਲੇ ਮੈਨੂੰ ਪਛਾਣਨਗੇ ਨਾ ਪਛਾਣਨ ਦੇ ਕੋ ਐਸਲੇ ਤੁਸੀਂ ਕਹਿੰਦੇ ਹੋ ਕਿਉਂਕਿ ਜੇ ਐਸਲੇ ਸੌਖਾ ਹੋ ਗਿਆ ਕਹਤਾ ਤੇ 10 ਦਿਨ ਪ੍ਰਚਾਰ ਦੇ ਅਜੇ ਪਏ ਆ ਉਹ ਸੁਅ ਵਕਤ ਹੀ ਉੱਡਦੇ ਆ ਕਿਸੇ ਨਾ ਕਿਸੇ پارک ਜਾਂਦੇ ਉੱਥੇ ਜਾ ਕੇ ਯੋਗਾ-ਯੋਗਾ ਕਰਦੇ ਆ ਜੋਗਿੰਗ ਕਰਦੇ ਆ ਲੋਕਾਂ ਨੂੰ ਮਿਲਦੇ ਆ ਦੇਰ ਰਾਤ ਤੱਕ ਲੱਗ ਰਹੇ ਨੇ ਰਾਜਾ ਬੜਿੰਗੋਰੀ ਦੇ ਇਹੋ ਹੀ ਗੱਲ ਆ ਨਾ ਪਰ ਹੁਣ ਇਹ ਕੰਮ ਤਾਂ ਹੋਇਆ ਵੀ ਉਧਰ ਸਿੰਘ ਫਸਾਉਣ ਵਾਲਾ ਬੰਦਾ ਹੈਗਾ ਨਹੀਂ ਤੇ ਉਧਰ ਜਵਾਬੋ ਜਵਾਬੀ ਹੋਏ ਜਾਣਾ ਇਹ ਕੰਮ ਰਹਿ ਜਾਣਾ ਹੈ ਪਰ ਮੈਨੂੰ ਇੱਕ ਗੱਲ ਦਾ ਦੁੱਖ ਹੈਗਾ ਲੁਧਿਆਣੀਆਂ ਦੀਆਂ ਸਮੱਸਿਆਵਾਂ ਬਹੁਤ ਨੇ ਚਾਹੇ ਉਹ ਗੁਪਤ ਆਡੀਓ ਸੀ ਚਾਹੇ ਕੋਈ ਵੀ ਆ ਜੇ ਉਹਦੇ ਵਿੱਚ ਕਿਤੇ ਬੁੱਢੇ ਨਾਲੇ ਦਾ ਜ਼ਿਕਰ ਹੁੰਦਾ ਜੇ ਉਹ ਮੈਂ ਸਰਕਾਰ ਤੋਂ ਕੁਛ ਨਾ ਕੁਛ ਭੇਜੂ ਬੈਂਸ ਸਾਹਿਬ ਤੁਸੀਂ ਇੱਥੇ ਦੇਖੋ ਆਪਾਂ ਲੁਧਿਆਣਾ ਪੈਰਾਂਸਰ ਕਰਨਾ ਆਪਾਂ ਲੁਧਿਆਣਾ ਦੀ ਇੰਡਸਟਰੀ ਪੈਦਾ ਸਪੈਰਾਂਸਰ ਕਰਨੀ ਆਪਾਂ ਥੋੜੀ ਜਿਆ ਪ੍ਰਦੂਸ਼ਣ ਘਟਾਉਣ ਚਾਹੀਏ ਜਦੋਂ ਵੀ ਪ੍ਰਦੂਸ਼ਣ ਦੀ ਗੱਲ ਹੁੰਦੀ ਲੁਧਿਆਣਾ ਨੰਬਰ 1 ਹੁੰਦਾ 46 ਡਿਗਰੀ ਟੈਂਪਰੇਚਰ ਦੇ ਵਿੱਚ ਜਦੋਂ ਲੋਕਾਂ ਦੇ ਮੁੱਦਿਆਂ ਤੋਂ ਜਿਹੜੀਆਂ ਵਾਂਝੀਆਂ ਇਹਦਾਂ ਦੀ ਆਡੀਓ ਸੁਣਨ ਨੂੰ ਮਿਲਦੀਆਂ ਫਿਰ ਬੁੱਢਾ ਨਾਲਾ ਚੇਤੇ ਆਉਣ ਲੱਗ ਪੈਂਦਾ ਫਿਰ ਹੋਰ ਬਹੁਤ ਸਾਰੀਆਂ ਚੀਜ਼ਾਂ ਚੇਤੇ ਆਉਣ ਲੱਗ ਪੈਂਦੀਆਂ ਬਾਕੀ ਕੋਈ ਨਹੀਂ ਮੈਂ ਤਾਂ ਇੱਕੋ ਹੀ ਬੇਨਤੀ ਕਰਦਾ ਕਿ ਬੋਲਣ ਲੱਗੇ ਥੋੜੀ ਜਿਆ ਪਰਹੇਜ਼ ਇੱਕ ਸ਼ਿਕਾਇਤ ਸਭ ਤੋਂ ਪਹਿਲਾਂ ਕੀਤੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਉਹਨਾਂ ਨੇ ਇੱਕ ਚਿੱਠੀ ਲਿਖੀ ਇਲੈਕਸ਼ਨ ਕਮਿਸ਼ਨ ਨੂੰ ਕਿ ਆਨਸਰਾ ਜਹਾਂਸੂਰਾਂ ਨੇ ਆਪਣੇ ਚੋਣ ਭਾਸ਼ਣ ਦੇ ਵਿੱਚ ਕਿਸਾਨਾਂ ਨੂੰ ਧਮਕਾਇਆ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਫਿਰ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਉਹਨਾਂ ਨੇ ਕਿਹਾ ਕਿ ਆਨਸਰਾ ਜਹਾਂਸੂਰਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਕੀ ਇਸ ਤਰਜ ਕੀਤਾ ਜਾਵੇ ਆ ਦੇਖੋ ਚੋਣ ਚੱਲਦੀ ਹੈ ਚੋਣ ਜ਼ਾਬਤਾ ਲੱਗਾ ਤੇ ਉਹ ਬੰਦਾ ਕਿਸਾਨਾਂ ਦੇ ਲਈ ਕਿਸ ਤਰ੍ਹਾਂ ਦੇ ਧਮਕੀ ਭਰੇ ਜਿਹੜੇ ਬਿਆਨ ਦੇ ਰਿਹਾ ਹਾਲਾਂਕਿ ਇਸੇ ਪ੍ਰੋਗਰਾਮ ਦੇ ਵਿੱਚ ਆਪਾਂ ਕਈ ਵਾਰ ਕਿਹਾ ਸੀ ਕਿ ਬਹੁਤ ਨਰਮੀ ਨਾਲ ਚੱਲ ਰਹੇ ਨੇ ਹੰਸ ਰਾਜਨਸੂਰੀ ਹੱਥ ਜੋੜਦੇ ਆ ਸਭ ਕੁਝ ਕਰਦੇ ਆ ਪਰ ਜਿੱਦਣ ਉਹਨਾਂ ਨੇ ਕਿਹਾ ਸੀ ਕਿ ਇੱਕ ਤਰੀਕ ਨੂੰ ਤੁਸੀਂ ਵੋਟਾਂ ਪਾ ਦਿਓ ਤੇ ਦੋ ਤਰੀਕ ਨੂੰ ਇਹਨਾਂ ਨੂੰ ਮੈਂ ਦੇਖ ਲਵਾਂਗਾ ਜੇ ਉਹਨਾਂ ਨੇ ਛੇਤਰ ਸ਼ਬਦ ਦੀ ਦੋ ਵਾਰੀ ਵਰਤੋਂ ਕੀਤੀ ਸੀ ਛੇਤਰ ਫੇ ਮੇਰਾ ਪਤਾ ਕਿੱਡਾ ਉਹਦੇ ਆਧਾਰ ਦੇ ਉੱਤੇ ਸ਼ਿਕਾਇਤਾਂ ਗਈਆਂ ਉਹਨਾਂ ਅੰਸਰਾਜਨਸੂਰੀ ਕਹਿੰਦੇ ਯਾਰ ਮੈਂ ਦੋ ਨੂੰ ਕੀ ਕਰ ਲੈਣਾ ਮੈਂ ਤਾਂ ਵਿਚੋਲਾ ਬਣਨਾ ਸੀ ਕੇਂਦਰ ਸਰਕਾਰ ਦੇ ਕੋਲ ਮੈਂ ਤਾਂ ਇਹ ਕਹਿੰਦਾ ਸੀ ਮੈਂ ਕਿਹੜਾ ਦੁੱਲਾ ਭੱਟੀ ਬਣ ਜਾਣਾ ਕਹਿੰਦੇ ਜੇ ਇੱਕ ਤਰੀਕ ਨੂੰ ਵੋਟਾਂ ਪੈ ਗਈਆਂ ਤਾਂ ਜਿੱਤ ਗਿਆ देखो पहले ही मेनू लगदा बंदा उन्होंने भी क्या कहंदे मेरे मुंडे नु 500 बंदे ने घेर लिया हंसरा जान सुन मेरे माता-पिता नु कहंदे गलत बोलदे ठीक है सारा कुछ वो सारा कुछ समझ आउंदा है कि थोनू औख है तकलीफ है लोकतन्त्र ਦੇ ਵਿੱਚ ਪ੍ਰਚਾਰ ਕਰਨ ਦੀ ਖੋਲ ਹੁੰਦੀ ਹੈ ਇਹਦੇ ਵਿੱਚ ਕੋਈ ਦੋਰਾ ਹੀ ਨਹੀਂ ਅਗਲੇ ਵੀ ਸਤਿਓ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਕਿ ਉਹ ਕਿਹੜੇ ਚੋਣ ਲੜਦੇ ਆ ਫਰਕ ਤੁਹਾਨੂੰ ਪੈਣਾ ਕਿ ਉਹ ਚੋਣ ਸਾਥ ਵਾਲੇ ਕੈਮਰੇ ਥੋੜੇ ਤੇ ਲਾ ਕੇ ਬੈਠੇ ਆ ਕੋਈ ਗਲਤ ਹੈਗੀ ਆ ਵੀ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਕੁਝ ਇੱਕ ਰਣਨੀਤੀ ਕਹ ਲੋ ਚੇਂਜ ਕੀਤੀ ਸੀ ਜੀ ਤੁਸੀਂ ਦੇਖਿਆ ਹੋਣਾ ਬੀਜਪੀ ਦੇ ਬਹੁਤ ਸਾਰੇ ਲੀਡਰਾਂ ਦੇ ਬਿਆਨ ਥੋੜੇ ਜਿਹਾ ਕਰਖਤ ਸੀਗੇ ਖਾਸ ਕਰਕੇ ਕੜੇ ਸੀਗੇ ਕਰਖਤ ਤੇ ਕਰੜੇ 'ਚ ਫਰਕ ਹੁੰਦਾ ਕਰਖਤ ਥੋੜੇ ਜਿਹਾ ਤੁਹਾਡੇ ਰਗਾ ਲੱਗਦਾ ਸ਼ਬਦ ਚਲੋ ਕਰੜੇ ਕਹਿ ਨਹੀਂ ਨੇ ਮੈਨੂੰ ਲੱਗਾ ਨਾ ਮੈਂ ਰੋਈ ਨਾ ਆਹ ਬੋਲ ਕੇ ਇਹ ਕਹਿੰਦੇ ਟੈਲੀਫੋਨ ਕਰਦੇ ਯਾਰ ਸੰਧਾ ਵਾਲਿਆ ਸਾਹ ਫੋਨ ਯਾਰ ਉਹ ਯਾਰ ਕਰਖਤ ਜਿਆ ਬੰਦੇ ਮਤਲਬ ਉਹ ਜਿਹਦਾ ਦੇ ਬਿਆਨ ਆ ਉਹਨਾਂ ਤੋਂ ਇਹ ਲੱਗਦਾ ਸੀ ਵੀ ਜਿੱਦਾਂ ਪਿੱਛੋਂ ਰਣਨੀਤੀ ਦੇ ਵਿੱਚ ਕੋਈ ਚੀਜ਼ ਆਈ ਹੋਵੇ ਵੀ ਐਦਾਂ ਗੱਡੀ ਨਹੀਂ ਚੱਲਣੀ ਥੋੜੇ ਜਿਹਾ ਤਤੇ ਆਪਾਂ ਕਈ ਉਹਨਾਂ ਦੇ ਬੀਜੇਪੀ ਦੇ ਲੀਡਰਾਂ ਦੇ ਬਿਆਨ ਦੇਖੇ ਉਹਨਾਂ ਨੇ ਤੇ ਸ਼ੁਰੂਆਤ ਕੀਤੀ ਨਾ ਉਦੋਂ ਬਾਅਦ ਤੇ ਬਹੁਤ ਨਾਮ ਨੇ ਜਿਨ੍ਹਾਂ ਨੇ ਸਾਰਿਆਂ ਨੇ ਇਹ ਗੱਲ ਕੀਤੀ ਵੀ ਇਦਾਂ ਹੈ ਉਦਾਂ ਹੈ ਭਾਈਦਿਆਂ ਨੂੰ ਵਾਣ ਇੱਕੋ ਜਿਹੀ ਕਹਿ ਲੋ ਇਹ ਵੀ ਗੱਲ ਆ ਗਈ ਵੀ ਜੇ ਗਾਲਾਂ ਦੀ ਗੱਲ ਹੈ ਤੇ ਸਾਨੂੰ ਬਹੁਤ ਆਉਂਦੀਆਂ ਡਾਂਗਾਂ ਦੀ ਗੱਲ ਹੈ ਤੇ ਉਹ ਵੀ ਵੇਖ ਲਵਾਂਗੇ ਮਤਲਬ ਕਈ ਤਰ੍ਹਾਂ ਦੀਆਂ ਗੱਲਾਂ ਆਈਆਂ ਹੁਣ ਮੈਨੂੰ ਜਾਨ ਲੱਗਦਾ ਵੀ ਹੋ ਸਕਦਾ ਜਦੋਂ ਉਹ ਉਹ ਜੀ ਕੋਈ ਚਿੱਠੀ ਆਈ ਹੋਵੇ ਤੇ ਹੰਸੂ ਰਵੀ ਉਹਦੇ ਵਿੱਚ ਆ ਕੇ ਹੁਣ ਪਿਆਰੋ ਕਹਿੰਦੇ ਨੇ ਥੋੜਾ ਗਰਮ ਕਰਨਾ ਹੈ ਕੰਮ ਕਿਉਂਕਿ ਉਹ ਤੋਂ ਬਾਅਦ ਜਿੱਦਣੇ ਕੰਮ ਹੋ ਗਿਆ ਉਹ ਤੋਂ ਬਾਅਦ ਉਹਨਾਂ ਤੁੰਬੀ ਰੱਖ ਲਈ ਉਹ ਗਾਉਣ ਲੱਗ ਪਿਆ ਹਾਂ ਵੀ ਜੇ ਪਿੰਡਾਂ ਜਾਣਾ ਤੇ ਮੈਂ ਆਪਣਾ ਗਾਉਣ ਵਾਲਾ ਕੰਮ ਸ਼ੁਰੂ ਕਰਦਾ ਤਾਂ ਘਟੋ ਘਟ ਲੋਕ ਸੁਣ ਲੈਣਗੇ ਆਪਣੀ ਗੱਲ ਪ੍ਰਚਾਰ ਆ ਰਹੀ ਰਿਹਾਜ਼ ਹੋ ਜੂ ਚਾਰ ਤਰੀਕਾ ਆਉਣ ਵਾਲੀ ਆ ਚਲੋ ਦੇਖੋ ਜੀ ਮੈਂ ਮੈਂ ਇਸ ਗੱਲ ਦੇ ਵਿੱਚ ਨਹੀਂ ਬੈੰਦਾ ਹੁਣ ਦੇਖੋ ਦਿੱਲੀ ਚ ਗਏ ਸੀਗੇ ਦਿੱਲੀ ਵਾਲਿਆਂ ਨੇ ਉਹਨੂੰ ਜਿਤਾਇਆ ਉਦੋਂ ਬਾਅਦ ਹੁਣ ਪੰਜਾਬ ਵਾਲੇ ਵੇਖੋ ਕੀ ਕਰਦੇ ਕੀ ਨਹੀਂ ਕਰਦੇ ਗੱਲ ਸੰਧਾਲੀਆ ਸਭ ਇਸ ਤਰ੍ਹਾਂ ਕਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਨੂੰ ਸਮਝ ਨਹੀਂ ਆਉਂਦੀ ਕਿੱਧਰਲੇ ਪਾਸੇ ਜਾ ਰਹੀ ਰਣਨੀਤੀ ਕੀ ਵੈਸੇ ਤਾਂ ਉਹਦੀ ਰਣਨੀਤੀ ਕਦੇ ਵੀ ਸਮਝ ਨਹੀਂ ਆਈ 2014 ਦੇ ਵਿੱਚ 400 ਬੰਦਾ ਖੜਾ ਕਰਤਾ ਸੀ ਐਤ ਕੀ 22 ਬੰਦੇ ਖੜੇ ਕੀਤੇ ਆ ਉਸੇ ਹੀ ਚੋਣ ਦੇ ਵਿੱਚ ਜੇ 400 ਬੰਦਾ ਐਤ ਕੀ ਖੜਾ ਹੁੰਦਾ ਤੇ ਉਹਨਾਂ ਨੇ ਕਹਿਣਾ ਸੀ ਕਿ 272 ਤਾਂ ਸਾਡੀਆਂ ਵਟ ਤੇ ਪਈਆਂ 128 ਕੰਬਦੇ ਆ ਜਿਹੜੇ ਹਰਨੇ ਬਾਕੀ ਅਸੀਂ ਜਿਤਾ ਲੈਣੇ ਪਰ ਕਿਹਨੇ ਉਹ ਫਾਰਮੂਲਾ 50 'ਚ ਫੇਲ ਹੋ ਗਿਆ ਹੈ ਨਾ ਜਦੋਂ ਕਹਿੰਦੇ ਹੈ ਕਿ ਵੇਖੋ 117 ਜਿਤਣੀਆਂ ਲੋਕਾਂ ਹਿਸਾਬ ਲੈ ਹੈ ਵੀ ਯਾਰ 100 ਦਾ ਤੁਸੀਂ ਬੰਦਾ ਨਹੀਂ ਖੜਾ ਕੀਤਾ 117 ਕਿੰਨ ਜਿਤ ਲੈਣੀਆਂ ਹੁਣ ਹੋਇਆ ਕੀ ਹੈ ਅਰਵਿੰਦ ਕੇਜਰੀਵਾਲ ਹੋਰਾਂ ਨੇ ਕੱਲ ਐਲਾਨ ਕਰ ਦਿੱਤਾ ਸੀ ਕਿ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਚਾਰ ਤਰੀਕੇ ਦੱਸੇ ਨਾਲੇ ਉਹ ਕਹਿੰਦੇ ਸੀ ਅਸੀਂ ਬੀਜੇਪੀ ਹੈੱਡਕੁਆਰਟਰ ਜਾਵਾਂਗੇ ਸਾਰੇ ਐਮਐਲਏ ਸਾਰੇ ਐਮਪੀ ਸਾਰੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਭਾਵੇਂ ਕੋਈ ਇਲੈਕਸ਼ਨ ਜਿੱਤੇ ਆ ਭਾਵੇਂ ਨਹੀਂ ਕਿ ਤੁਸੀਂ ਜਿਹਨਾਂ ਨੂੰ ਫੜਨਾ ਇਕੱਠੇ ਫੜ ਲਓ ਤੁਸੀਂ ਰੋਜ਼ ਰੋਜ਼ ਟਾਈਮ ਖਰਾਬ ਕਰਦੇ ਹੋ ਪੁਲਿਸ ਦੀ એનર્ਜੀ ਵੇਸਟ ਕਰਦੇ ਹੋ ਵੈਸੇ ਤਾਂ ਸਾਰਿਆਂ ਨੂੰ ਪਤਾ ਸੀ ਕਿ ਬਿਨਾ ਕਿ ਇਸ ਤੋਂ ਅਗਲੇ ਕਿਹਨੂੰ ਫੜਨਗੇ ਜੇ ਦੀ ਜਾਂਚ ਨਾ ਹੋਈ ਹੋਵੇ ਕਿਸੇ ਨੂੰ ਨਹੀਂ ਫੜਨਾ ਪਰ ਘੱਟੋ ਘੱਟ ਲੋਕਾਂ ਚ ਗੱਲ ਜਾਂਦੀ ਹੈ ਸੰਧਾਲੀ ਸਾਹਿਬ ਖਬਰਾਂ ਬਣਦੀਆਂ ਨੇ ਭਾਈ ਕਿ ਉਹਨਾਂ ਨੇ ਕਿਹਾ ਗ੍ਰਿਫਤਾਰ ਕਰੋ ਹੁਣ ਇਹ ਵੀ ਪਤਾ ਸੀ ਕਿ ਕਿਸੇ ਨੇ ਅੱਗੇ ਨਹੀਂ ਵਧਣ ਦੇਣਾ 800 ਮੀਟਰ ਦਾ ਫਰਕ ਹੈ ਆਮ ਆਦਮੀ ਪਾਰਟੀ ਦਾ ਦਫ਼ਤਰ ਹੈ ਨਾ ਜਿੱਥੇ ਉਥੇ ਕਿਲੋਮੀਟਰ ਜਿਹੜਾ ਖਤਮ ਹੋਣ ਤੋਂ 200 ਮੀਟਰ ਪਹਿਲੇ ਭਾਜਪਾ ਦਾ ਦਫ਼ਤਰ ਹੈ 800 ਮੀਟਰ ਦਾ ਪੈਂਡਾ ਤੈਅ ਕਰਨਾ ਸੀ ਪ ਕਿ ਉਹ 800 ਮੀਟਰ ਤੈਹ ਨਹੀਂ ਕਰਨ ਦੇਣਾ ਬੈਰੀਕਾਡ ਲੱਗੇ ਹੋਣੇ ਜਾਂ ਤੇ ਉੱਥੇ ਮਾੜੇ ਮੋਟੀ ਧੱਕਾ ਮੁਕੀ ਹੋਣੀ ਫਿਰ ਮੋੜੇ ਹੋਣਾ ਦੋ ਚਾਰ ਬੰਦਿਆਂ ਨੂੰ ਹਰਾਸਤ ਚ ਲੈਣਗੇ ਘੰਟੇ ਬਾਅਦ ਛੱਡ ਦੇਣਗੇ ਇੰਨਾ ਕੀ ਕੰਮ ਹੁੰਦਾ ਹੈ ਕੇਜਰੀਵਾਲ ਸਾਹਿਬ ਨੇ ਤੁਰੰਤ ਤੋਂ ਪਹਿਲਾਂ ਜਦੋਂ ਉਧਰ ਨੂੰ ਜਾਣਾ ਸੀ ਮਾਰਚ ਕਰਨ ਤੋਂ ਪਹਿਲਾਂ ਉਹ ਕਹਿੰਦੇ ਜੀ ਪਹਿਲੀ ਗੱਲ ਹੁਣ ਤੁਸੀਂ ਦੇਖਿਓ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਖਾਤੇ ਨੇ ਬੈਂਕ ਖਾਤੇ ਉਹ ਫ੍ਰੀਜ਼ ਕਰਾਉਣਗੇ ਫਿਰ ਉਹ ਕਹਿੰਦੇ ਜੀ ਸਾਡੇ ਕਈ ਬੰਦੇ ਤਾਂ ਅੰਦਰ ਨੇ ਜੈਨ ਸਾਹਿਬ ਸੁਸੋਦੀਆ ਸਾਹਿਬ ਇਹ ਸਾਡੇ ਹੋਰ ਸੀਨੀਅਰ ਬੰਦਿਆਂ ਨੂੰ ਫੜ ਕੇ ਅੰਦਰ ਦੇਣਗੇ ਤੀਸਰੀ ਗੱਲ ਉਹ ਕਹਿੰਦੇ ਸਾਡਾ ਪਾਰਟੀ ਦਾ ਦਫ਼ਤਰ ਬੰਦ ਕਰਾਉਣਗੇ ਦਿੱਲੀ ਦੇ ਵਿੱਚੋਂ ਉਹ ਕਹਿੰਦੇ ਲਿਖ ਕੇ ਲੈ ਲਓ ਇਹ ਤਿੰਨੇ ਹੀ ਕੰਮ ਕੇਂਦਰ ਸਰਕਾਰ ਨੇ ਕਰਾਉਣੇ ਆ ਤੇ ਉਹਦੇ ਤੋਂ ਬਾਅਦ ਉਹ ਕਹਿੰਦੇ ਪਾਰਟੀ ਥੋੜੀ ਐ ਜਿਹੜੀ ਖਤਮ ਹੋ ਜੇ ਤੇ ਇੱਕ ਵਿਚਾਰ ਐ ਤੇ ਵਿਚਾਰ ਕਦੇ ਖਤਮ ਨਹੀਂ ਹੁੰਦਾ ਐਕਸ ਉਹ 140 ਕਰੋੜ ਭਾਰਤੀਆਂ ਦੀ ਗੱਲ ਕਰਦੇ ਦਿੱਲੀ ਦੇ ਪੰਜਾਬ ਦੀ ਨਹੀਂ ਕਰਦੇ ਉਹ ਕਹਿੰਦੇ 140 ਕਰੋੜ ਭਾਰਤੀਆਂ ਦਾ ਵਿਚਾਰ ਐ ਫਿਰ ਉਹ ਗਏ ਅਗਲੇ ਨੇ ਰੁਕ ਲੈ ਇਹ ਫਿਰ ਮੁੜਿਆ ਐ ਪਰ ਇੱਕ ਗੱਲ ਜਿਹੜੀ ਐ ਉਹ ਕਹਿੰਦੇ ਜੀ ਸਾਡੇ ਵਿਭੂ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਉੱਥੇ ਆਪਾਂ ਬਾਅਦ ਚੌਂਦੇ ਆਂ ਪਹਿਲਾਂ ਵਿਭਵ ਕੁਮਾਰ ਵਾਲੇ ਕੇਸ ਦੇ ਵਿੱਚ ਤੇ ਪਹਿਲਾਂ ਉਹਨਾਂ ਦਾ ਸਟੈਂਡ ਕੋ ਹੋਰ ਸੀ ਬਾਅਦ ਵਿੱਚ ਹੋਰ ਲੈ ਲਿਆ ਉਹਦੇ ਦਾ ਫਿਰ ਗੱਲ ਕਰ ਲੈਨੇ ਆ ਇਹ ਗੱਲ ਠੀਕ ਆ ਤੁਹਾਡੀ ਵੀ ਇਹ اچانک ਉਹਨਾਂ ਨੇ ਕਿਉਂ ਕੀਤਾ ਹੋਊਗਾ ਵੇਖੋ ਇਹ ਗੱਲ ਆ ਵੀ ਜੇ ਆਪਾਂ ਦਿੱਲੀ ਦੀ ਗੱਲ ਕਰੀਏ ਤੇ ਦਿੱਲੀ ਦੀਆਂ ਵੋਟਾਂ ਪੰਜਾਬ ਤੋਂ ਪਹਿਲਾਂ ਪੈਣ ਜੇ ਮੈਂ ਗਲਤ ਨਹੀਂ ਸ਼ਾਇਦ 25 ਨੂੰ ਜੀ ਉਹ ਹੁਣ ਦਿਨ ਰਹਿ ਗਏ ਥੋੜੇ ਹਮ ਗੱਲ ਵੱਡੀ ਹੋਣੀ ਚਾਹੀਦੀ ਆ ਵੱਡੀ ਗੱਲ ਕਰਨ ਦੇ ਲਈ ਇੱਕ ਤਰੀਕਾ ਤੇ ਆ ਵੀ ਜ਼ਿਆਦੇ ਰੈਲੀ ਹੋਵੇ ਜੀ ਜੇ ਰੈਲੀ ਕਰਨੀ ਫਿਰ ਕਾਂਗਰਸੀ ਵੀ ਸਦਨੇ ਪੈਣੇ ਕਿਉਂਕਿ ਉੱਥੇ ਗੱਠ ਜੋੜਿਆ ਥੋੜੀ ਜੀ ਆਪਣੀ ਗੱਲ ਵੀ ਜਾਵੇ ਤੇ ਆਪਣੀ ਗੱਲ ਦਾ ਜਿਹੜਾ ਪ੍ਰਭਾਵ ਹੈ ਉਹ ਪੰਜਾਬ ਤੱਕ ਵੀ ਆਵੇ ਜਿਹੜੇ ਬਾਕੀ ਦੇ ਕਹ ਲੋ ਕਿ ਵੀ ਵਿਰੋਧੀ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਕੁਛ ਨਾ ਕੁਛ ਕਿਸੇ ਨਾ ਕਿਸੇ ਪਾਸਿਓਂ ਕੋਈ ਸਵਾਲ ਹੀ ਵਿੱਚ ਫਸਾਈਏ ਭਾਵੇਂ ਦੋ ਦਿਨਾਂ ਬਾਅਦ ਅਗਲੇ ਜਵਾਬ ਕੱਢ ਲੈਣਾ ਉਹਦਾ ਉਹਦਾ ਕਰਕੇ ਮੈਨੂੰ ਲੱਗਦਾ ਵੀ ਇਹ ਰਣਨੀਤੀ ਅਗਲੇ ਨੇ ਉਹ ਲੀਕੀ ਜੀ ਗੱਲ ਠੀਕ ਆ ਤੁਹਾਡੀ ਵੀ ਹੁੰਦੀ ਦਾ ਉਹ ਫਾਰਮੈਲਟੀ ਕਿਉਂਕਿ ਜਿਹੜੇ ਜਨਾਬ ਉੱਥੇ ਲੱਗੇ ਹੁੰਦੇ ਉਹ ਵੀ ਉਡੀਕਦੇ ਹੁੰਦੇ ਆਜੋ ਯਾਰ ਗਰਮੀ ਬੜੀ ਆ ਜਿਹੜਾ ਆਪਣਾ ਪੱਤਰਕਾਰ ਭਾਈਚਾਰਾ ਹੁੰਦਾ ਉਹ ਵੀ ਹੁੰਦਾ ਯਾਰ ਚਾਰ ਫੋਟੋਆਂ ਖੇਚ ਲੀਏ ਬਾ ਚਲੋ ਇਹ ਸਾਰੇ ਕੁਝ ਦੇ ਵਿੱਚ ਉਹਨਾਂ ਨੇ ਇੱਕ ਆਪਣੇ ਵੱਲੋਂ ਵੱਡੀ ਖਬਰ ਬਣਾਉਣ ਦੀ ਕੋਸ਼ਿਸ਼ ਕੀਤੀ। ਉਹਦੇ 'ਚ ਜਿਹੜਾ ਉਹ ਹਰ ਵਾਰ ਇੱਕ ਅਗਲੀ ਚੀਜ਼ ਦੱਸ ਦਿੰਦੇ ਨੇ ਕਿਉਂਕਿ ਤੁਹਾਨੂੰ ਯਾਦ ਹੋਣਾ ਜਦੋਂ ਉਹਨਾਂ ਪਹਿਲੀ ਵਾਰ ਗੱਲ ਕੀਤੀ ਉਹ ਕਹਿੰਦੇ ਮੋਦੀ ਸਾਹਿਬ ਉਹ ਤਾਂ ਜੀ ਸਤੰਬਰ 'ਚ ਰਿਟਾਇਰ ਹੋ ਜਾਣੇ ਇਹਦਾ ਮਤਲਬ ਵੋਟਾਂ ਉਹ ਸ਼ਾਹ ਜੀਲੀ ਵੰਗ ਰਹੇ ਆ। ਫਿਰ ਉਹਨਾਂ ਨੇ ਕਿਹਾ ਉਹ ਤਾਂ ਜੀ 2 ਮਹੀਨੇ ਬਾਅਦ ਵੇਖੋ ਜੋਗੀ ਸਾਹਿਬ ਨਹੀਂ ਰਹਿਣੇ। ਉਹ ਉਹ ਤਾਂ ਦੇਖੋ ਜੀ ਸੰਵਿਧਾਨ ਨੂੰ ਚੇਂਜ ਕਰ ਦੋਗੇ। ਮਤਲਬ ਇਹ ਵੀ ਉਹ ਕੁਝ ਇੱਕ ਬਾਲਾਂ ਐਸੀਆਂ ਛੁੱਟ ਦਿੰਦੇ ਨੇ। ਬਾਦ ਵੀ ਤਾਂ ਜੋ ਅਗਲੀਆਂ ਧਿਰਾਂ ਉਹਨਾਂ ਦਾ ਜਵਾਬ ਦਿੰਦੀਆਂ ਰਹਿਣ। ਸਾਲ ਡੂਡ ਸਾਲ ਸਰਗਰਮੀ ਰਹਿੰਦੀ ਫਿਰ। ਹਾਂ ਹੁਣ ਆਹ ਜਿਹੜੀ ਚੀਜ਼ ਮੇਰਾ ਖਿਆਲ ਉਹਨਾਂ ਨੇ ਕਰ ਦਿੱਤੀ ਕਿ ਇਹਨਾਂ ਨੇ ਸਾਡਾ ਆ ਕਰਨਾ ਇਹਨਾਂ ਨੇ ਸਾਡਾ ਉਹ ਕਰਨਾ। ਹੋਵੇ ਨਾ ਹੋਵੇ ਕੱਲ ਨੂੰ ਤਿੰਨਾਂ ਚੌ ਚੀਜ਼ਾਂ ਜਿ ਇੱਕ ਵੀ ਹੋ ਜਾਂਦੀ ਐ। ਮੰਨ ਲਓ ਚਲੋ ਦਫ਼ਤਰ ਨਾ ਬੰਦ ਹੋਊਗਾ, ਖਾਤੀ ਨਾ ਫ੍ਰੀਜ਼ ਹੋਣਗੇ, ਬੰਦੇ ਦੇ ਦੋ ਗ੍ਰਿਫਤਾਰ ਹੋ ਹੀ ਸਕਦੇ। ਉਹਨਾਂ ਨੇ ਵੇਖਿਆ। ਮੈਂ ਕਹੀਆਂ ਸੀ ਤਿੰਨ ਬਾਤਾਂ ਕਹੀਆਂ ਥੀ, ਇੱਕ ਹੋ ਗਈ ਐ। ਦੋ ਹੋਣੇ ਵਾਲੀ ਉਹ ਦਿਨ ਫੇਰ ਖਬਰ ਬਣ ਜਾਣੀ ਮਤਲਬ ਸਿਆਸਤ ਤੇ ਫਿਰ ਸਿਆਸਤ ਹੀ ਹੈ ਨਾ ਨਹੀਂ ਆਪਾਂ ਬੈਠੇ ਕਹਿੰਦਾ ਕੇਰਿਵਾਲ ਸਾਹਿਬ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਠੀਖਣ ਬੁੱਧੀ ਨੇ ਹਾਂ ਹੁਣ ਸੰਧਾਲੀਆ ਸਾਹਿਬ ਤੁਸੀਂ ਇਹ ਦੇਖੋ ਕਿ ਪੰਜਾਬ ਵਾਲੇ ਪਾਸੇ ਨੂੰ ਰਾਜਨੀਤੀ ਆਉਣ ਲੱਗ ਪਈ ਸਾਰੇ ਭਾਰਤ ਦੀ ਦੱਖਣ ਤੋਂ ਉੱਤਰ ਪੂਰਬ ਤੋਂ ਇਧਰੋਂ ਉਧਰੋਂ ਮੱਧ ਤੋਂ ਕਿਉਂਕਿ ਸੀਟਾਂ ਹੀ ਇੱਥੇ ਰਹਿ ਗਈਆਂ ਅੱਜ ਜਦੋਂ 49 ਸੀਟਾਂ ਦੇ ਲਈ ਵੋਟਾਂ ਪੈ ਜਾਣੀਆਂ ਉਹਦੇ ਵਿੱਚ ਯੂਪੀ ਹੈ ਉਹਦੇ ਵਿੱਚ ਬੰਗਾਲ ਹੈ ਉਹਦੇ ਵਿੱਚ ਮਹਾਰਾਸ਼ਟਰ ਵਾਲੇ ਪਾਸੇ ਦੀਆਂ ਸੀਟਾਂ ਨੇ ਉੜੀਸਾ ਦੀਆਂ ਨੇ ਕੌਣ ਜਿੱਤਦਾ ਕੌਣ ਹਾਰਦਾ ਪਤਾ ਨਹੀਂ ਪਿਛਲੀ ਵਾਰ 32 ਸੀਟਾਂ ਇਹਨਾਂ 49 ਦੇ ਵਿੱਚੋਂ ਬੀਜੇਪੀ ਲੈ ਗਈ ਸੀ ਕਾਂਗਰਸ ਨੂੰ ਸਿਰਫ 2 ਬਣੀਆਂ ਸੀ ਉਹਦੇ ਵਿੱਚੋਂ ਵੀ ਇੱਕ ਰਾਇਬਰੀਲੀ ਵਾਲੀ ਜਿੱਥੇ ਅਕੀ ਰਾਹੁਲ ਗਾਂਧੀ ਖੜੇ ਆ ਪਰ ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਪੰਜਾਬ ਚ ਚਾਹੇ ਬੀਜੇਪੀ ਦੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਪਰ ਇਧਰ ਨੂੰ ਆ ਗਏ ਅੰਬਾਲਾ ਆਏ ਪਹਿਲਾਂ ਤਾਂ ਅੰਬਾਲਾ ਹਰਿਆਣਾ ਚ ਪੰਜਾਬ ਦੇ ਮੋਢ ਲੱਗਦਾ ਉੱਥੇ ਆ ਕੇ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਭਾਸ਼ਣ ਦੇ ਵਿੱਚ ਚੇਚਾ ਜ਼ਿਕਰ ਕੀਤਾ ਜਿਹੜੀ ਪੰਜਾਬ ਨੂੰ ਟੱਚ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਉਹਨਾਂ ਨੇ ਕਿਹਾ ਕਹਿੰਦੇ ਜੀ ਆ ਦੇਖੋ ਆ ਹਰਿਆਣਾ ਇੱਥੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜਾ ਹੈ ਤੇ ਆ ਨਾਲ ਹੀ ਪੰਜਾਬ ਲੱਗਦਾ ਇੱਕ ਉਥੇ ਇੱਕ ਦੂਸਰੇ ਨੂੰ ਚੋਰ ਕਹਿੰਦੇ ਆ ਤੁਸੀਂ ਕਹਿੰਦੇ ਵੋਟਾਂ ਇਹਨਾਂ ਨੂੰ ਪਾਉਂਗੇ ਕਾਂਗਰਸ ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਜਿਹੜਾ ਦਾ ਸਟੈਂਡ ਆ 2 ਕਿਲੋਮੀਟਰ ਬਾਅਦ ਜਾ ਕੇ ਜਿਹੜਾ ਬਿਲਕੁਲ ਹੀ ਬਦਲ ਜਾਂਦਾ ਹੈ ਹੁਣ 23 ਤਰੀਕ ਨੂੰ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਪਟਿਆਲੇ ਬੀਬੀ ਪਰਨੀਤ ਕੌਰ ਦੇ ਹੱਕ 'ਚ 24 ਤਰੀਕ ਨੂੰ ਸੁਸ਼ੀਲ ਰਿੰਕੂ ਹੋਰ ਅਦੇ ਹੱਕ ਦੇ ਵਿੱਚ ਉਹਨਾਂ ਨੇ ਜਲੰਧਰ ਹੋਣਾ 24 ਤਰੀਕ ਨੂੰ ਹੀ ਦੁਪਹਿਰੋਂ ਬਾਅਦ ਉਹ ਗੁਰਦਾਸਪੁਰ ਜਾਣਗੇ ਦਿਨੇਸ਼ ਬੱਬੂ ਹੋਰਾਂ ਦੇ ਹੱਕ 'ਚ ਹੁਣ 2 ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੀਆਂ 3 ਰੈਲੀਆਂ ਨੇ ਇਹਦਾ ਮਤਲਬ ਹੈ ਕਿ ਰਾਤ ਨੂੰ ਵੀ ਉਹ ਪੰਜਾਬ 'ਚ ਹੀ ਰੁਕਣਗੇ ਵਾਪਸ ਜਾ ਕੇ ਤਾਂ ਆਉਣਗੇ ਨਹੀਂ ਜੇ ਰਾਤ ਪੰਜਾਬ ਦੇ ਵਿੱਚ ਰੁਕਦੇ ਆ ਤੇ ਕਿਹੜੇ ਕਿਹੜੇ ਲੀਡਰਾਂ ਨੂੰ ਮਿਲਦੇ ਆ ਇੱਕ ਚਰਚਾ ਇਹ ਵੀ ਚੱਲਦੀ ਹੈ ਕਿ ਜਿੱਦਾਂ ਪੰਜਾਬ ਸਰਕਾਰ ਨੇ ਅਦਾਲਤ ਦੇ ਵਿੱਚ ਜਾ ਕੇ ਹੁਣੇ-ਹੁਣੇ ਕਿਹਾ ਕਿ ਜਿੱਥੇ ਸੰਗਰੂਰ ਤੇ ਬਠਿੰਡੇ ਦੇ ਵਿੱਚ ਥੋੜੇ ਜਿਹਾ ਨੁਕਸਾਨ ਹੋਇਆ ਸੀ ਫਸਲਾਂ ਦਾ ਨੁਕਸਾਨ ਥੋੜਾ ਨਹੀਂ ਬਹੁਤਾ ਹੋਇਆ ਸੀ ਉਹਦੇ ਕੁਝ ਪੈਸੇ ਦਿੱਤੇ ਜਾਣ ਉਹਨੇ ਕਿਹਾ ਦੇ ਦੇ ਵਿੱਚ ਵਿਚਾਲੇ ਚਰਚਾ ਚੱਲਦੀ ਹੈ ਕਿ ਭਾਵੇਂ ਕੋਡ ਆਫ ਕੰਡਕਟ ਲੱਗਾ ਹੋਇਆ ਭਾਵੇਂ ਚੋਣਾਂ ਦਾ ਲੱਗਾ ਹੋਇਆ ਪਰ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਆਉਣ ਤੋਂ ਪਹਿਲਾਂ ਕੋਈ ਨਾ ਕੋਈ ਐਸਾ ਐਲਾਨ ਵੀ ਖੇਤੀਬਾੜੀ ਜਾਂ ਕਿਸਾਨੀ ਲਈ ਕਰ ਸਕਦੇ ਆ ਸਿੱਧਾ ਜਾਂ ਅਸਿੱਧਾ ਜਿਹਦਾ ਬਹੁਤ ਆਸਰ ਪੰਜਾਬ ਦੇ ਕਿਸਾਨਾਂ ਦੇ ਉੱਤੇ ਹੋਵੇ ਉਹਨਾਂ ਹੀ ਵੀ ਕਿਹਾ ਕਹਿੰਦੇ 20 ਲੱਖ ਕਰੋੜ ਰੁਪਈਆ ਐਮਐਸਪੀ ਦਾ ਦਿੱਤਾ ਸੀ ਕਿਸਾਨਾਂ ਨੂੰ ਤੇ ਨਾਲ ਉਹਨਾਂ ਨੇ ਭਾਰਤੀ ਫੌਜ ਦੀ ਵੀ ਗੱਲ ਕੀਤੀ ਉਹ ਕਹਿੰਦੇ ਕਾਂਗਰਸ ਨੇ ਤਾਂ ਵਾਅਦਾ ਖਲਾਫੀ ਕੀਤੀ ਹੈ ਅਸੀਂ ਤਾਂ ਵਨ ਰੈਂਕ ਵਨ ਪੈਨਸ਼ਨ ਦਾ ਮੁੱਦਾ ਪੂਰਾ ਕੀਤਾ ਯਾਨੀ ਜਿਹੜੀ ਉਹ 4-4 ਸਾਲਾਂ ਦੀ ਅਗਨੀ ਵੀਰ ਵਾਲੀ ਗੱਲ ਹੈ ਉਹਦੇ ਤੇ ਵੀ ਪਹਿਲਾਂ ਪਾਣੀ ਛੜਕ ਦਿੰਦਾ ਤਾਂ ਕਿਸਾਨਾਂ ਦੇ ਵਿਰੋਧ ਦੇ ਉੱਤੇ 20 ਲੱਖ ਕਰੋੜ ਰੁਪਏ ਦਾ ਪਾਣੀ ਛੜਕਣ ਦਾ ਯਤਨ ਕੀਤਾ। ਦੇਖੋ ਭਾਜੀਪੀ ਹੁਣ ਪੰਜਾਬ ਵੱਲ ਆ ਰਹੀ ਹੈ। ਇਹ ਬਿਆਨਾਂ ਤੋਂ ਹੀ ਪਤਾ ਲੱਗਣ ਲੱਗ ਪਿਆ। ਖੱਟਰ ਸਾਹਿਬ ਹਾਲਾਂਕਿ ਥੋੜੇ ਦਿਨ ਪਹਿਲਾਂ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਹਤੇ ਸੀ। ਹਰਿਆਣੇ 'ਚ ਉਹਨਾਂ ਵੀ ਤੇ ਇੱਕ ਦਿਨ ਜਦੋਂ ਚੋਣ ਪ੍ਰਚਾਰ ਵਾਲੇ ਪਾਸੇ ਗਏ ਆ ਚੰਗੀ ਠੋਕ ਵਿੱਚ ਪੱਗ ਬੰਨੀ ਸੀ ਜਾਂ ਕਹਿ ਲਓ ਬਨਵਾਈ ਸੀ। ਉਸ ਦਿਨ ਤੇ ਉਹਨਾਂ ਵੀ ਕਿਹਾ ਉਹ ਕਹਿੰਦੇ ਵੀ ਦੇਸ਼ ਦੀ ਆਜ਼ਾਦੀ ਸਿੱਖਾਂ ਤੋਂ ਬਿਨਾ ਪੋਸੀਬਲ ਹੀ ਨਹੀਂ ਸੀ। ਹੁਣ ਤੁਸੀਂ ਦੇਖੋ ਭਾਵੇਂ ਹਰਿਆਣੇ 'ਚ ਉਹਨਾਂ ਨੂੰ ਥੋੜੇ ਯਾਨੀ ਦੂਰ ਤੱਕ ਗਿਆ ਨਾ ਤੇ ਜੇ ਆਪਾਂ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਕਰਦੇ ਇੱਕ ਦਿਨ ਮੇਰਾ ਖਾਲੋ ਆਵਾ ਸਾਰੇ ਜਿਹੜੇ ਮੀਡੀਆ ਵਾਲੇ ਸੱਜਣ ਸੀਗੇ ਜਿਹੜੇ ਬੜੇ-ਬੜੇ ਚਿਹਰੇ ਨੇ ਉਹਨਾਂ 'ਚ ਬਹਿ ਕੇ ਉਹਨਾਂ ਵੀ ਤੇ ਗੱਲ ਕੀਤੀ ਸੀ ਜਦੋਂ ਉਹਨਾਂ ਨੇ ਸਵਾਲ ਹੀ ਕੁਝ ਇਸ ਤਰ੍ਹਾਂ ਦਾ ਪੁੱਛ ਲਿਆ ਉਹ ਕਹਿੰਦੇ ਜੀ ਉਹ ਤਾਂ ਠੀਕ ਹੈ ਪੰਜਾਬ 'ਚ ਸਿੱਖ ਆਪ ਕੋ ਜ਼ਿਆਦਾ ਪਸੰਦ ਨਹੀਂ ਕਰਤੇ ਸਿੱਧਾ ਪੁੱਛਿਆ ਸੀ ਸਿੱਧਾ ਪੁੱਛਿਆ ਉਹ ਕਹਿੰਦੇ ਜੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਹਿ ਰਹੇ ਆ ਉਹ ਕਹਿੰਦੇ ਜੀ ਦੇਖੋ ਪਸੰਦ ਕਰਨਾ ਨਾ ਕਰਨਾ ਇਹ ਉਹਨਾਂ ਦਾ ਕੰਮ ਹੈ ਉਹ ਕਹਿੰਦੇ ਕੋਈ ਸਵਾਲ ਇਦਾਂ ਦਾ ਰੱਖ ਲਓ ਕਿ ਉਹਨਾਂ ਦੀਆਂ ਮੰਗਾਂ ਕੀ ਸੀ ਉਹਨਾਂ ਦੇ ਮਸਲੇ ਕੀ ਸੀ ਤੇ ਉਹਨਾਂ ਦੀਆਂ ਮੰਗਾਂ ਤੇ ਉਹਨਾਂ ਦੇ ਮਸਲੇ ਸਭ ਤੋਂ ਵੱਧ ਕਿੰਨੇ ਹਲਕੀ ਤੇ ਹਲਕੀ ਤੇ ਮਤਲਬ ਇਹ ਕੋਈ ਚਾਹੇ ਕਰਤਾਰਪੁਰ ਸਾਹਿਬ ਦੇ ਆਪਾਂ ਲੰਘੇ ਦੀ ਗੱਲ ਕਰ ਲਈਏ ਚਾਹੇ ਆਪਾਂ ਮਤਲਬ ਲਾਲਕੇਰੇ ਤੇ ਕੀਰਤਨ ਦੀ ਗੱਲ ਕਰ ਲਈਏ ਜਾਂ ਕੋਈ ਜਿਹੜਾ ਵੀਰਬਾਲ ਦੇ ਉਸ ਦੀ ਗੱਲ ਕਰ ਲਈਏ ਔਰ ਕਈ ਚੀਜ਼ਾਂ ਉਹਨਾਂ ਨੇ ਘੜਾਈਆਂ ਆਪਾਂ ਉਹ ਕਿਤਾਬ ਚ ਦੀ ਵੀ ਗੱਲ ਕਰਦੇ ਜਿਹੜਾ ਉਹਨੇ ਛਾਪਿਆ ਮਤਲਬ ਇਹ ਕਿ ਸਿੱਧੇ ਸਿੱਧੇ ਰੂਪ ਦੇ ਵਿੱਚ ਭਾਵੇਂ ਉਹ ਜਿਹੜੀ ਡਿਬੇਟ ਉਹ ਨੈਸ਼ਨਲ ਚੈਨਲਾਂ ਤੇ ਹੁੰਦੀ ਹੈ ਉਹਦੇ ਵਿੱਚ ਹੁਣ ਜ਼ਿਕਰ ਪੰਜਾਬ ਵਾਲੇ ਪਾਸਿਓਂ ਖਾਸ ਕਰਕੇ ਸਿੱਖ ਭਾਈਚਾਰੇ ਦਾ ਹੋਣ ਲੱਗ ਪਿਆ ਤੇ ਮੇਰਾ ਖਿਆਲ ਆ ਪਿਛਲੇ ਦਿਨੀ ਜਿਹੜੀ ਉਹ ਵੀਡੀਓ ਸੌਰੀ ਆਡੀਓ ਜਿਹੜੀ ਵਾਇਰਲ ਹੋਈ ਸੀ ਉਹ ਚ ਬੀਟੂ ਸਾਹਿਬ ਨੇ ਇੱਕ ਲਾਈਨ ਕਹੀ ਸੀ ਨਾ ਉਹ ਕਹਿੰਦੇ ਜਿਹੜਾ ਮਰਜੀ ਪੱਗ ਬਨ ਕੇ ਚਲੇ ਜਾ ਮਾਰੇ ਉਹ ਤੇ ਹੁਣ ਭੱਜ ਕੇ ਕਹਿੰਦੇ ਵੀ ਆ ਜਾਓ ਬਰਾਬਰ ਹੋਰ ਗੱਲ ਸੱਚੀ ਕਿੰਨੀ ਝੂਠੀ ਕਿੰਨੀ ਗਈਆਂ ਨੇ ਸੁਣੀ ਹੋਣੀ ਮਤਲਬ ਇਹ ਕਿ ਭਾਜਪੀ ਨੂੰ ਹੀ ਲੱਗਿਆ ਵੀ ਯਾਰ ਚਿਹਰੇ ਆਪਾਂ ਨੂੰ ਪੰਜਾਬ ਦੇ ਵਿੱਚ ਪੰਜਾਬ ਵਰਗੇ ਚਾਹੀਦੇ ਆ ਜੀ ਪਰ ਮੈਨੂੰ ਜਾਪਦਾ ਵੀ ਹੁਣ ਪੰਜਾਬ ਜਦੋਂ ਮੋਦੀ ਸਾਹਿਬ ਆਉਣਗੇ ਇੱਕ ਚੀਜ਼ ਜਿਹੜੀ ਕਿ ਬੜੇ ਚਿਰ ਤੋਂ ਓਡੀਕੀ ਜਾ ਰ ਸਟੇਜ ਲੱਗੀ ਹੋਣੀ ਆ ਜੀ ਸਟੇਜ ਤੇ ਮੋਦੀ ਸਾਹਿਬ ਹੋਣਗੇ ਹਮ ਪਰ ਨਾਲ ਵਾਲੇ ਚਿਹਰੇ ਬਦਲ ਜਾਣਗੇ ਇਹ ਨਾਲ ਤੁਸੀਂ ਦੇਖੋ ਨਾ ਜਾਖੜ ਸਾਹਿਬ ਬਿੱਟੂ ਸਾਹਿਬ ਬੀਬੀ ਪ੍ਰਨੀਤ कौर ਕੈਪਟਨ ਅਮਰਿੰਦਰ ਸਿੰਘ ਰਾਣਾ ਗੁਰਮੀਤ ਸੋਢੀ ਹੋਰੀ ਹੋਰ ਕਿੰਨੇ ਬੰਦੇ ਕਿੰਨੇ ਬੰਦੇ ਸੁਸ਼ੀਲ ਰਿੰਕੂ ਸਾਹਿਬ ਮੈਂ ਉਹੀ ਕਹਿ ਰਿਹਾ ਵੀ ਉਹ ਬੰਦੇ ਜਿਹੜੇ ਹੋ ਸਕਦਾ ਵੀ ਅੱਜ ਤੋਂ ਪਹਿਲਾਂ ਤੁਹਾਨੂੰ Google ਦੇ ਉੱਪਰ ਕਿਸੇ ਪੰਜਾਬ ਦੀ ਰੈਲੀ ਦੀਆਂ ਫੋਟੋਆਂ ਨਜ਼ਰ ਆਉਣ ਬਹੁਤਾ ਕਰਕੇ ਤੁਹਾਨੂੰ ਕੇਸਰੀ ਝੰਡੇ ਤੇ ਨੀਲੀਆਂ ਪੱਗਾਂ ਨਜ਼ਰ ਆਉਂਦੀਆਂ ਸੀ ਪਰ ਹੁਣ ਹੋ ਸਕਦਾ ਵੀ ਉਹ ਜਿਹੜੀਆਂ ਸਟੇਜ ਦੇ ਉੱਪਰ ਫੋਟੋਆਂ ਆਉਂਦੀਆਂ ਸੀ ਉਹਨਾਂ ਦੀ ਜਗ੍ਹਾ ਦੇ ਉੱਪਰ ਮੋਦੀ ਸਾਹਿਬ ਤੇ ਉਦਾ ਹੀ ਹੋਣਗੇ ਉਸੇ ਕੁਰਸੀ ਤੇ ਬੈਠੇ ਪਰ ਆਸੇ-ਪਾਸੇ ਵਾਲੀਆਂ ਜਿਹੜੀਆਂ ਕੁਰਸੀਆਂ ਦੇ ਉੱਪਰਲੇ ਬੰਦੇ ਨੇ ਉਹ ਬਦਲ ਜਾਣਗੇ ਤੇ ਫਿਰ ਹੋ ਸਕਦਾ ਕਿ ਤੇ ਅਖਬਾਰ ਚ ਆ ਗਈ ਚਲੋ ਜਾਂ ਟੈਲੀਵਿਜ਼ਨ ਤੇ ਕਿਤੇ ਵੇਖ ਲਈ ਤੇ ਬਾਪੂ ਆਖੇ ਵੀ ਯਾਰ ਇਹ ਇਹ ਰੈਲੀ ਕਾਂਗਰਸ ਦੀ ਦੇਦਣਗੇ ਕਾਂਗਰਸ ਦੀ ਰੈਲੀ ਮੋਦੀ ਸਾਹਿਬ ਨਹੀਂ ਕਰਦੇ ਆ ਇਹ ਇਹ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਵੇ ਨਹੀਂ ਨਹੀਂ ਹੋ ਸਕਦਾ ਪਾਕਿਸਤਾਨ ਵਾਲੀ ਸਭ ਗੱਲ ਇਹ ਤਾਂ ਕਿ ਭਾਜਪਾ ਨੇ ਕਸਰ ਕੋਈ ਨਹੀਂ ਛੱਡਣੀ ਪ੍ਰਧਾਨ ਮੰਤਰੀ ਸਾਹਿਬ ਅਜੇ 2 ਦਿਨ ਦੇ ਨੇ ਯਾਰੇ ਫਿਰ ਵੀ ਆ ਸਕਦੇ ਆ ਕਿਉਂਕਿ ਆਖਰੀ ਪੜਾਅ 'ਚ ਪੰਜਾਬ 'ਚ ਵੋਟਾਂ ਵੀਰ ਨੂੰ ਚੰਡੀਗੜ੍ਹ ਦੇ ਵਿੱਚ ਯੋਗੀ ਦਿੱਤਿਆ ਨਾਥ ਆ ਰਹੇ 22 ਨੂੰ ਚੰਡੀਗੜ੍ਹ ਦੇ ਵਿੱਚ ਨਿਤਿਨ ਗੜਕਰੀ ਸਾਹਿਬ ਆ ਰਹੇ ਹਨ ਯਾਨੀ ਕਿ ਹੁਣ ਸਾਰੇ ਮੰਤਰੀਆਂ ਦਾ ਇਧਰਲੇ ਪਾਸੇ ਨੂੰ ਰੁਝਾਨ ਸ਼ੁਰੂ ਹੋ ਜਾਣਾ ਹੋ ਸਕਦਾ ਹੈ ਕਿ ਹਰ ਇੱਕ ਲੋਕ ਸਭਾ ਹਲਕੇ 'ਚ ਤਿੰਨ ਤਿੰਨ ਚਾਰ ਚਾਰ ਰੈਲੀਆਂ ਸﻤੀਤ ਪ੍ਰਧਾਨ ਮੰਤਰੀ ਸਾਹਿਬ ਕੇਂਦਰ ਸਰਕਾਰ ਦੇ ਮੰਤਰੀ ਕਰਨੀਏ ਵਿੱਚ ਚਾਹੀਦੀਆਂ ਦੇਖੋ ਇੱਕ ਗੱਲ ਤੇ ਹੈਗੀ ਆ ਵੀ ਆਪਾਂ ਬੜੀ ਬਾਰੇ ਇਹ ਗੱਲ ਕਹਿ ਚੁੱਕੇ ਹਾਂ ਕਿ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੋਵੇ ਵੀ ਬੀਜੇਪੀ ਨੂੰ ਲੱਭਣਾ ਕੁਝ ਨਹੀਂ ਪੰਜਾਬ 'ਚ ਪਰ ਤੁਹਾਨੂੰ ਚੇਤੇ ਹੋਣਾ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਉਦੋਂ ਵੀ ਉਹਨਾਂ ਦੇ ਬਹੁਤ ਸਾਰੇ ਲੀਡ ਤੁਸੀਂ ਦੇਖਿਓ ਇੱਕ ਦਿਨ ਬੀਜੇਪੀ ਹੀ ਬਦਲ ਹੋਊਗੀ ਤੇ ਉਹਦੇ ਤੋਂ ਬਾਅਦ ਉਦੋਂ ਜਦੋਂ ਮੇਰਾ ਖਿਆਲ ਕੋਈ ਬੀਜੇਪੀ ਦਾ ਕੋਈ ਸਰਦਾਰ ਲੰਘ ਕੇ ਰਾਜ਼ੀ ਨਹੀਂ بڑے ਲੀਡਰ ਵੱਖ-ਵੱਖ ਪਾਰਟੀਆਂ 'ਚ ਬੀਜੇਪੀ 'ਚ ਜਾਣ ਲੱਗ ਪਏ ਹਾਲਾਂਕਿ ਕਈਆਂ ਨੇ ਕਈ ਤਰ੍ਹਾਂ ਦੇ ਦੋਸ਼ ਲਾਏ ਜੀ ਇਹਨੂੰ ਡਰਾ ਕੇ ਲੈ ਗਏ ਜੀ ਇਹਨੂੰ ਧਮਕਾ ਕੇ ਲੈ ਗਏ ਜੀ ਮੇਰਾ ਖਿਆਲ ਜਦੋਂ ਸਭ ਤੋਂ ਪਹਿਲਾਂ ਸਿਰਸਾ ਸਾਹਿਬ ਗਏ ਸੀ ਉਦੋਂ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕੀ ਕਹੇਦੋਂ ਚੇਤੇ ਹੁਣਾ ਪਿਸਤੌਲ ਵਾਲੀ ਗੱਲ ਵੀ ਕੀਤੀ ਹਾਲਾਂਕਿ ਉਹ ਉਹ ਗੱਲਾਂ ਸਾਰੀਆਂ ਆਪੋ ਆਪੇ ਸਿਰਸਾ ਸਾਹਿਬ ਕਿੰਨਾ ਕੁਝ ਲੈ ਗਏ ਹੈਨਾ ਮਤਲਬ ਇਹ ਵੀ ਉਹ ਕਈ ਕੁਝ ਹੁੰਦਾ ਰਿਹਾ ਪਰ ਜੇ ਉਹਨਾਂ ਨੇ ਉਦੋਂ ਕਿਹਾ ਸੀ ਵੀ ਹਾਂ ਹੱਲ ਹੋਣਾ ਇਹਦਾ ਮਤਲਬ ਇਹ ਹੋ ਗਿਆ ਵੀ ਆ 2024 ਵਾਲੀਆਂ ਇਲੈਕਸ਼ਨਾਂ 13 ਸੀਟਾਂ ਜੋ ਤੋ ਮੇਰਾ ਖਿਆਲ ਕੁਝ ਲੱਭਦੇ ਵੀ ਨਹੀਂ ਨਾ ਉਹਨਾਂ ਦਾ ਕੋਈ ਬਹੁਤਾ ਫਾਇਦਾ ਹੀ ਹੋਣਾ ਹਾਂ ਅਗਲਿਆਂ ਦੀ ਨਜ਼ਰ 27 ਤੇ ਹੋ ਸਕਦੀ ਹੈ ਤੇ 27 ਤੱਕ ਉਹਨਾਂ ਨੇ ਕੀ ਕੁਝ ਇਕੱਠਾ ਕਰ ਲੈਣਾ ਕਿਹੜੇ ਕਿਹੜੇ ਲੀਡਰ ਹੋਰ ਚ ਇਹ ਰਣਨੀਤੀ ਵੇਖਣ ਵਾਲੀ ਹੋਊਗੀ। ਲਓ ਜੀ ਰਾਮ ਰਹੀਮ ਹੋਰੀ ਇੱਕ ਵਾਰੀ ਫੇਰ ਸਰਗਰਮ ਹੋ ਗਿਆ ਕਿਉਂਕਿ ਜਦੋਂ এসਜੀਪੀਸੀ ਨੇ ਇੱਕ ਧਾਇਰ ਕੀਤੀ ਸੀ ਉਹਨਾਂ ਦੇ ਖਿਲਾਫ ਪਟੀਸ਼ਨ ਕਿ ਭਾਈ ਇਹ ਬੰਦੇ ਨੂੰ ਬਾਰ-ਬਾਰ ਬਾਹਰ ਨਾ ਆਉਣ ਦੇ ਉਹਨਾਂ ਪਰ ਰੂਲ ਦੇ ਉੱਤੇ ਨਾ ਫਰਲੋ ਦੇ ਉੱਤੇ ਇਹਨਾਂ ਦੇ ਬਾਹਰ ਆਉਣ ਨਾਲ ਸਮਾਜਿਕ ਤੌਰ ਤੇ ਨੁਕਸਾਨ ਬੜਾ। ਪਹਿਲਾਂ ਤਾਂ ਤਰੀਕਾ ਤਰੂਕਾ ਪਈ ਗਈਆਂ ਸਾਨੂੰ ਲੱਗਾ ਮਾਮਲਾ ਠੰਡੇ ਵਾਸਤੇ ਚ ਪੈ ਗਿਆ। ਤੇ ਅਗਲੇ ਬਾਹਰ ਆਉਂਦੇ ਸੀ ਤੇ ਬਾਹਰ ਆ ਕੇ ਜੋ ਵੀ ਸਰਗਰਮੀ ਕਰਨੀ ਸੀ ਉਹਨਾਂ ਨੇ ਅਦਾਲਤੀ ਹੁਕਮ ਦੇ ਮੁਤਾਬਕ ਕਰੀ ਜਾਂਦੇ ਸੀ। ਤੇ ਜਦੋਂ ਵੀ ਹਰਿਆਣਾ ਸਰਕਾਰ ਨੂੰ ਕੋਈ ਸਵਾਲ ਆਉਂਦਾ ਸੀ ਉਹ ਕਹਿੰਦੇ ਨਿ ਨਿਯਮਾਂ ਦੇ ਮੁਤਾਬਕ ਉਹਨਾਂ ਨੂੰ ਇਹ ਪਰੋਲ ਜਾਂ ਫਰਲੋ ਮਿਲਦੀ ਹੈ ਸਾਡਾ ਤਾਂ ਕੋਈ ਲੈਣ ਦੇਣੇ ਨਿਯਮ ਹੀ ਚੱਲਦੇ ਨੇ ਸਾਰੇ ਪਾਸੇ ਫਿਰ ਐਸਪੀਸੀ ਦੀ ਪਟੀਸ਼ਨ ਦੇ ਉੱਤੇ ਜਦੋਂ ਅਦਾਲਤ ਨੇ ਫੈਸਲਾ ਦਿੱਤਾ ਉਹਨਾਂ ਨੇ ਹਰਿਆਣਾ ਸਰਕਾਰ ਤੋਂ ਕਈ ਖੁਸ਼ ਪੁੱਛਿਆ ਸੀ ਉਹ ਕਹਿੰਦੇ ਤੁਸੀਂ ਸਾਰਿਆਂ ਨੂੰ ਇੱਦਾਂ ਪਰੋਲ ਤੇ ਫਰਲੋ ਦਿੰਨੇ ਹੋ ਜਿੰਨੇ ਬੰਦੇ ਵੀ ਤੁਹਾਡੀਆਂ ਜੇਲਾਂ 'ਚ ਬੰਦ ਨੇ ਜਿਨ੍ਹਾਂ ਨੇ ਕਦੇ ਵੀ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਜਿਵੇਂ ਕੱਲੇ RAMDEV ਨੂੰ ਮਿਲਦੀ ਹੈ ਤੇ ਨਾਲ ਹੀ ਉਹਨਾਂ ਨੇ ਕਹਿਤਾ ਸੀ ਕਿ ਭਾਵੇਂ ਸਰਕਾਰ ਨੂੰ ਲੱਗਦਾ ਹੋਵੇ ਤੇ ਭਾਵੇਂ ਨਿਯਮਾਂ ਦੇ ਮੁਤਾਬਕ ਠੀਕ ਵੀ ਕਿਉਂ ਨਾ ਹੋਵੇ ਤੁਸੀਂ ਜਦੋਂ ਵੀ ਭਵਿੱਖ ਦੇ ਵਿੱਚ ਆਰਮਦੇਵ ਦੀ ਅਰਜ਼ੀ ਜਿਹੜੀ ਪੈਰੋਲ ਜਾਂ ਫਰਲੋ ਦੀ ਉਹਦੇ ਤੇ ਵਿਚਾਰ ਕਰਨੀ ਆ ਤੇ ਕੋਈ ਵੀ ਡਿਸੀਜਨ ਲੈਣ ਤੋਂ ਪਹਿਲਾਂ ਸਾਨੂੰ ਦੱਸਣਾ ਹੂੰ ਸਾਡੀ ਆਗਿਆ ਤੋਂ ਬਿਨਾਂ ਹੀ ਬੰਦਾ ਜੇਲ੍ਹੋਂ ਬਾਹਰ ਨਹੀਂ ਜਾ ਸਕਦਾ ਕਲੀਅਰ ਕਰਤਾ ਸੀ ਉਹਨੇ ਕਟਕ ਹੁਣ ਇਲੈਕਸ਼ਨ ਹੈ ਬੜੀ ਸਿੱਧੀ ਸਿੱਧੀ ਗੱਲ ਚੱਲਦੀ ਹੁੰਦੀ ਹੈ ਕਿ ਰਾਮ ਰਹੀਮ ਹੋਰੀ ਜਿਹੜੇ ਆ ਉਹ ਵੋਟਰਾਂ ਦੇ ਉੱਤੇ ਪ੍ਰਭਾਵ ਬਹੁਤ ਪਾਉਂਦੇ ਕਿਉਂਕਿ ਇੱਕੋ ਇੱਕ ਡੇਰਾ ਅਸੀਂ ਦੇਖਿਆ ਜਿਹਦਾ ਰਾਜਨੀਤਿਕ ਵਿੰਗ ਹੈ ਜਿਹਦਾ ਸਿਆਸੀ ਵਿੰਗ ਹੈ ਜਿੱਥੇ ਸਿੱਧੇ ਤੌਰ ਦੇ ਉੱਤੇ ਕਿਸੇ ਨਾ ਕਿਸੇ ਪਾਰਟੀ ਦੀ ਪਿਛਲੇ ਸਮੇਂ ਦੇ ਵਿੱਚ ਮਦਦ ਦਾ ਸਿੱਧਾ ਅਸਦਾ ਹੁਕਮ ਜ ਹੁਣ ਰਾਮ ਰਹੀ ਮੋਰਾ ਨੇ ਹਾਈ ਕੋਰਟ ਦੇ ਵਿੱਚ ਬੇਨਤੀ ਕੀਤੀ ਉਹ ਕਹਿੰਦੇ ਜੀ ਉਹ ਪਿਛਲਾ ਫੈਸਲਾ ਰੱਦ ਕਰੋ ਉਹ ਫੈਸਲਾ ਠੀਕ ਨਹੀਂ ਹੈ ਮੈਂ ਨਿਯਮਾਂ ਦੀ ਪਾਲਣਾ ਕਰਦਾ ਫਰਲ ਉਤੇ ਪਰੂਲ ਦੇ 41 ਦਿਨ ਤੱਕ ਘੱਟੋ ਘੱਟ ਸਾਲ ਚ ਮੇਰੇ ਬੰਦੇ ਆ ਯਾਨੀ ਤਕਰੀਬਨ ਡੁੱਢ ਮਹੀਨਾ ਲਾ ਲਓ 12 ਮਹੀਨਿਆਂ ਚ ਤੇ ਮੈਂ ਤਾਂ ਭਾਈ ਅਰਜ਼ੀ ਦਿੱਤੀ ਹੈ ਮੈਨੂੰ ਬਾਹਰ ਚਾਣ ਦਿੱਤਾ ਜਾਵੇ ਹੁਣ ਅਦਾਲਤ ਕੀ ਫੈਸਲਾ ਲੈਂਦੀ ਹੈ ਇੱਕ ਦਿਨ ਚ ਲੈਂਦੀ ਹੈ ਦੋ ਦਿਨ ਚ ਲੈਂਦੀ ਹੈ ਕਿ ਵੋਟਾਂ ਲੰਘਾ ਕੇ ਫੈਸਲਾ ਲੈਂਦੀ ਹੈ ਇਹਦੇ ਉੱਤੇ ਬਹੁਤ ਕੁਝ ਟਿਕਣਾ ਪਰ ਲੋਕ ਗੱਲਾਂ ਕਰਦੇ ਆ ਇਕ ਕੋਈ ਗਲਤ ਹੈਗੀ ਹੈ ਜਿੱਦਾਂ ਸਾਲ ਦੇ ਦਿਨ 41 ਕਿ ਹੈ ਜੀ ਤੇ ਮੇਰਾ ਖਿਆਲ ਉਹ ਜਿੰਨੀ ਕੋਰਾ ਵੀ ਬਾਹਰ ਆਉਂਦੇ 50 ਦਿਨਾਂ ਦੇ ਤੋਂ ਵੱਧ ਹੀ ਆਉਂਦੇ ਜੀ ਹੁਣ ਉਹਦੇ ਵਿੱਚ ਕੀ ਕਹਾਣੀ ਹੈ ਕੀ ਕੁੰਡੀ ਹੈ ਤੇ ਚਲੋ ਹੁਣ ਅਦਾਲਤ ਵੇਖੂਗੀ ਪਰ ਹਾਂ ਇਹ ਗੱਲ ਤਾਂ ਢੀ ਠੀਕ ਹੈ ਵੀ ਗੱਲਾਂ ਹੋਣ ਲੱਗ ਪੀਆਂ ਦੂਜੇ ਪਾਸੇ ਇਹ ਵੀ ਨਾਲ ਦੀ ਨਾਲ ਚਰਚਾ ਚੱਲਣ ਲੱਗ ਪਈ ਹੈ ਵੀ ਵੋਟਾਂ ਹਰਿਆਣੇ ਚ ਵੀ ਹੈਗੀਆਂ ਤੇ ਪੰਜਾਬ ਚ ਵੀ ਹੈ ਜੀ ਉਹ ਗੱਲ ਤੁਸੀਂ ਠੀਕ ਕੀਤੀ ਵੀ ਰਾਜਨੀਤਿਕ ਵਹਿਗਿਆ ਕਿਤੇ ਨਾ ਕਿਤੇ ਉਹਦਾ ਕੋਈ ਨਾ ਕੋਈ ਪ੍ਰਭਾਵ ਤੇ ਪਊਗਾ ਹੁਣ ਪਹਿਲੀ ਨਜ਼ਰੇ ਵੇਖਿਆ ਜਾਵੇ ਤੇ ਇਹ ਜਾਪਦਾ ਵੀ ਜਿੱਦਾਂ ਪਹਿਲਾਂ ਪੈਰੋਲ ਮਿਲਦੀ ਸੀਗੀ ਉਸੇ ਤਰ੍ਹਾਂ ਮਿਲ ਹੀ ਜਾਣੀ ਹੈ ਜਦੋਂ ਪਹਿਲਾਂ ਨਹੀਂ ਕਦੀ ਕਿਸੇ ਨੇ ਰੋਕਿਆ ਤੇ ਹੁਣ ਕਿੱਡੀ ਗੱਲ ਆ ਹਾਂ ਪਰ ਉਹਦੇ ਵਿੱਚ ਜਿੱਦਾਂ ਹੁਣ ਇੱਕ ਅਦਾਲਤੀ ਫੈਸਲੇ ਵਾਲੀ ਹੁੰਡੀ ਹੈ ਤੇ ਜੇ ਸੱਚੀ-ਮੁੱਚੀ ਮੰਨ ਲਓ ਵੀ ਅਦਾਲਤ ਜਿਹੜੀ ਹੈ ਉਹ ਉਹਦੇ ਵਿੱਚ ਜਦੋਂ ਰਿਕਾਰਡ ਤੇ ਜਾਂਦਾ ਜਾਂ ਜਿੱਦਾਂ ਇਹ ਸਾਰੀ ਉਹ ਅਰਜ਼ੀ ਜਾਂਦੀ ਹੈ ਹੋ ਸਕਦਾ ਜੱਜ ਸਾਹਿਬ ਉਹਦੇ ਤੇ ਹੁਜਰਤ ਰਾਜ਼ ਕਰ ਦੇਣ ਤੇ ਸਭ ਤੋਂ ਵੱਡੀ ਗੱਲ ਜੇ ਐਸਜੀਪੀਸੀ ਵੱਲੋਂ ਜਾਂ ਹੋ ਸਕਦਾ ਕਿਸੇ ਹੋਰ ਪੋਲੀਟੀਕਲ ਪਾਰਟੀ ਵੱਲੋਂ ਹੀ ਜਾ ਕੇ ਆਪਣੀ ਅਰਜ਼ੀ ਵੀ ਲਾ ਦिती ਹੈ ਤੇਰਪਣ ਵੀ ਦੇਖੋ ਜੀ ਬਾਕੀ ਸਾਰੀਆਂ ਗੱਲਾਂ ਠੀਕ ਨੇ ਬੰਦੇ ਦੀ ਪੈਰੋਲ ਕਦੋਂ ਦੇਣੀ ਕਦੋਂ ਨਹੀਂ ਦੇਣੀ ਉਹ ਤੁਸੀਂ ਬਾਅਦ ਚ ਵੇਖ ਲਓ ਵੀ ਆਹ ਇਲੈਕਸ਼ਨਾਂ ਦੀ ਡੇਟ ਆ ਹਮ ਇਲੈਕਸ਼ਨਾਂ ਤੋਂ ਬਾਅਦ ਵੀ ਤੇ ਕੀਤੀ ਜਾ ਸਕਦੀ ਤੁਸੀਂ ਇੰਨਾ ਕੁ ਥੋੜਾ ਜਿਹਾ ਕੰਟਰੋਲ ਕਰ ਲਓ ਸਾਨੂੰ ਇਹ ਜਾਪਦਾ ਵੀ ਬੰਦੇ ਦੀ ਪੈਰੋਲ ਇਲੈਕਸ਼ਨ ਨੂੰ ਪ੍ਰਭਾਵਿਤ ਕਰ ਸਕਦੀ ਐਂਡ ਮੈਨੂੰ ਇਹ ਜਾਪਦਾ ਵੀ ਜਿੱਦਾਂ ਪਿਛਲੇ ਦਿਨੀ ਕੇਜਰੀਵਾਲ ਸਾਹਿਬ ਨੂੰ ਇਲੈਕਸ਼ਨ ਦੇ ਪ੍ਰਚਾਰ ਦੀ ਕਰਕੇ ਛੁੱਟੀ ਮਿਲ ਗਈ ਸੀ ਇਹ ਤਾਂ ਇਹ ਦਬ ਨਹੀਂ کہہ ਸਕਦਾ ਨਹੀਂ ਨਹੀਂ ਮੈਨੂੰ ਇਹ ਲੱਗਦਾ ਵੀ ਇਹ ਇਲੈਕਸ਼ਨ ਚ ਪ੍ਰਚਾਰ ਕਰਕੇ ਧਿਰ ਬਣਨਗੇ ਜਿਨ੍ਹਾਂ ਨੂੰ ਛੁੱਟੀ ਨਾ ਦੇਓ ਹੋ ਸਕਦਾ ਕੋਈ ਇਸ ਤਰ੍ਹਾਂ ਦੀ ਗੱਲ ਹੋ ਜਾਏ ਮਤਲਬ ਪਹਿਲਾਂ ਦੇ ਹਿਸਾਬ ਨਾਲ ਰੂਟੀਨ ਵਾਈਜ਼ ਮੈਨੂੰ ਵੀ ਲੱਗਦਾ ਵੀ ਉਹ ਮਿਲ ਜਾਣੀ ਹੈ ਪਰੋਲ ਪਰ ਜੇ ਆਹ ਆਹ ਦੋ ਚਾਰ ਗੱਲਾਂ ਨੇ ਜੇ ਮੰਨ ਲਓ ਵੀ ਵਿਰੋਧੀਆਂ ਪਹੁੰਚ ਕਰ ਲਈਆਂ ਐਸਜੀਪੀਸੀ ਨੇ ਪਹੁੰਚ ਕਰ ਲਈ ਜਾਂ ਕਹਾਂ ਲੋ ਕਿ ਅਦਾਲਤ ਦੇ ਉਸ ਫੈਸਲੇ ਦਾ ਕਰਕੇ ਕੋਈ ਨਾ ਕੋਈ ਵਿੱਚ ਕੁੰਡੀ ਆ ਗਈ ਤੇ ਫਿਰ ਸ਼ਾਇਦ ਗੱਲ ਨਾ ਵੀ ਬਣੀ ਨਹੀਂ ਠੀਕ ਹੈ ਇਹਦੀ ਗੱਲ ਅਦਾਲਤ ਦੇ ਫੈਸਲੇ ਦੀ ਉਡੀਕ ਕਰਾਂਗੇ ਤੇ ਉਧਰਲੇ ਪਾਸੇ ਇੱਕ ਬਹੁਤ ਰੌਲਾ ਪੈਂਦਾ ਸੀ ਕਦੇ ਕਾਂਗਰਸ ਪਾਰਟੀ ਵਾਲੇ ਕਹਿੰਦੇ ਸੀ ਕਦੇ ਆਮ ਆਦਮੀ ਪਾਰਟੀ ਵਾਲੇ ਪੰਜਾਬ ਚ ਕਿ ਅਕਾਲੀਆਂ ਦਾ ਤਾਂ ਭਾਜਪਾ ਨਾਲ ਗੱਠ ਜੋੜਿਆ ਜਿਹੜਾ ਹੋਇਆ ਨਹੀਂ ਸੀ ਉਹ ਕਹਿੰਦੇ ਸੀ ਤੁਹਾਨੂੰ ਲੱਗਦਾ ਨਹੀਂ ਹੋਇਆ ਲੋਕਾਂ ਨੂੰ ਇਹ ਗੱਠ ਜੋੜ ਤਾਂ ਹੋ ਚੁੱਕਾ ਇਹ ਗੱਠ ਜੋੜ ਤਾਂ ਇਲੈਕਸ਼ਨ ਤੋਂ ਬਾਅਦ ਹੁਣ ਦੇਖਿਓ ਸਿਰੇ ਚੜਨਾ ਏ ਕੱਲੇ ਕੱਲੇ ਲੋਕਾਂ ਨੂੰ ਦਿਖਾਉਣ ਲਈ ਨਹੀਂ ਉਦਾਂ ਇਕੱਠੇ ਪਰ ਹੁਣ ਜਿਹੜੇ ਬਿਆਨ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੇ ਹੈ ਪਿਛਲੇ 6 ਦਿਨਾਂ ਦੇ ਵਿੱਚ ਪਹਿਲਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਵਰਦੇ ਸੀ ਥੋੜੀ ਜਿਹੀ ਭਾਜਪਾ ਦਾ ਜ਼ਿਕਰ ਕਰਦੇ ਸੀ ਉਹਨੋਂ ਸਭ ਤੋਂ ਵੱਧ ਭਾਰਤੀ ਜਨਤਾ ਪਾਰਟੀ ਦੇ ਉੱਤੇ ਵੱਧਿਆ। ਉਹਨਾਂ ਨੇ ਪਿਛਲੇ ਦਿਨੀਆ ਜੋ ਜਲੰਧਰ ਦੇ ਵਿੱਚ ਆਪਣਾ ਮੈਨੀਫੈਸਟੋ ਜਾਰੀ ਕੀਤਾ। ਉਹਦੇ ਵਿੱਚ ਕਈ ਕੁਸ਼ ਕਿਹਾ ਸੀ ਜ਼ਮੀਨ ਖਰੀਦਣ ਦੇ ਉੱਤੇ ਪੰਦੀ ਲਾਵਾਂਗੇ ਸਾਡੀ ਸਰਕਾਰ ਆਈ। ਉਹਨਾਂ ਨੇ ਕਿਹਾ ਸੀ ਕਿਹਾ ਅਟਾਰੀ ਵਾਲਾ ਬਾਰਡਰ ਖੋਲ੍ਹਾਂਗੇ, ਹੋਰ ਬਾਰਡਰ ਉਹਨਾਂ ਨੇ ਕਿਹਾ ਸੀ ਖੋਲ੍ਹਣਾ ਚਾਹੀਦਾ ਹੈ। ਕਈ ਕੁਸ਼ ਆਖਿਆ ਉਹਨਾਂ ਨੇ। ਪਰ ਨਾਲ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਬਾਬਤ ਇਹ ਕਿਹਾ ਸੀ ਨਾਂ ਲੈ ਲੈ ਕੇ। ਉਹ ਕਹਿੰਦੇ ਜੀ ਭਾਜਪਾ ਸਾਡੇ ਸਿੱਖਾਂ ਦੇ ਮਾਮਲਿਆਂ 'ਚ ਦਖਲ ਦਿੰਦੇ ਆ ਕੌਮ ਦੇ ਮਾਮਲਿਆਂ 'ਚ। ਇਹਨਾਂ ਨੇ ਕਹਿੰਦੇ ਤਖਸ਼ਿਲੀ ਹਯੂਰ ਸਾਹਿਬ ਦੀ ਪ੍ਰਬੰਧਕੀ ਕਮੇਟੀ ਤੇ ਕਬਜ਼ਾ ਕਰ ਲਿਆ ਇਹਨਾਂ ਨੇ ਹਰਿਆਣਾ ਕਮੇਟੀ ਤੇ ਕਬਜ਼ਾ ਕਰ ਲਿਆ ਇਹਨਾਂ ਨੇ ਪਟਨਾ ਸਾਹਿਬ ਦੀ ਕਮੇਟੀ ਤੇ ਕਬਜ਼ਾ ਕਰ ਲਿਆ ਇਹ ਹੁਣ ਐਸ்சிਪੀਸੀ ਦੇ ਕਬਜ਼ਾ ਕਰਨ ਨੂੰ ਚਾਹੁੰਦੇ ਆ ਫਿਰਦੇ ਆ ਹੁਣ ਜਦੋਂ ਪਾਰਟੀ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਹਿਬ ਖੁਦ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਵਿੱਚ ਇਹ ਕਹਿੰਦੇ ਆ ਕਿ ਸਾਡੇ ਮਾਮਲੇ ਵਿੱਚ ਦਖਲ ਦਿੰਦੇ ਆ ਨੁਕਸਾਨ ਪਹਚਾ ਰਹੇ ਆ ਸਾਡੀਆਂ ਤਿੰਨ ਪ੍ਰਬੰਧਕ ਕਮੇਟੀਆਂ ਤੇ ਕਬਜ਼ਾ ਕਰ ਲਿਆ ਪਰ ਅਸਲ ਜ਼ਿਕਰ ਕਰਦੇ ਵਿੱਚੋਂ ਤੇ ਨਾਲ ਹੁਣ ਕਹਿੰਦੇ ਐਸ்சிਪੀਸੀ ਤੇ ਕਰਨ ਨੂੰ ਫਿਰਦੇ ਆ ਪੜਕ ਨੂੰ ਮੈਨੂੰ ਨਹੀਂ ਪਤਾ ਨਤੀਜੇ ਕਿੱਦਾਂ ਦੇ ਆਉਣੇ ਆ ਕਿਹਦੇ ਹੱਕ ਦੇ ਵਿੱਚ ਆਉਣਗੇ ਕਿਹਦੇ ਵਿਰੋਧ ਦੇ ਵਿੱਚ ਆਉਣਗੇ ਪਰ ਇਹ ਜਿਹੜੀਆਂ ਵੀਡੀਓ ਬਣ ਗਈਆਂ ਇਹ ਸਭ ਕੁਝ ਹੋ ਗਿਆ ਮੈਨੂੰ ਤਾਂ ਨਹੀਂ ਲੱਗਦਾ ਕਿ ਐਡਾ ਵੱਡਾ ਬਿਆਨ ਦੇਣ ਤੋਂ ਬਾਅਦ ਕਿਸੇ ਵੀ ਸਥਿਤੀ 'ਚ ਕਿਸੇ ਵੀ ਕਾਰਨ ਨੂੰ ਕਿਸੇ ਵੀ ਤਰਕ ਨੂੰ ਕਿਸੇ ਵੀ ਲੌਜੀਕ ਨੂੰ ਆਧਾਰ ਬਣਾ ਕੇ ਜੇ ਭੜਕ ਨੂੰ ਅਕਾਲੀ ਦਲ ਆਖੇ ਕਿ ਪਾਈ ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ ਨਹੀਂ ਕੀਤੀ ਜਾ ਸਕਦੀ ਇਹਦਾ ਮਤਲਬ ਕਿ ਅਕਾਲੀ ਭਾਜਪਾ ਗੱਠਜੋੜ ਜਿਹਦੇ ਬਾਬਤ ਵਿਰੋਧੀ ਧਿਰਾਂ ਰੌਲਾ ਪਾਉਂਦੀਆਂ ਸੀ ਕਿ ਇਹ ਇਲੈਕਸ਼ਨ ਤੋਂ ਬਾਅਦ ਇੱਕ ਹੋ ਜਾਣੇ ਆ ਉਹਦੀ ਸੰਭਾਵਨਾ ਜ਼ੀਰੋ ਹੈ ਤੇ ਹੋਣੀ ਜ਼ੀਰੋ ਹੈ ਨਾ ਜੀ ਇਹ ਜਿਵੇਂ ਆਖਾਂ ਵੀ ਪੱਕੀ ਜ਼ੀਰੋ ਹੋ ਗਈ ਇਹ ਮੈਨੂੰ ਆਸ ਘੱਟ ਲੱਗਦੀ ਵੀਡੀਓ ਬਣ ਗਈ ਸੰਧਾਲੀਆ ਸਾਹਿਬ ਕੁਝ ਮਰਜੀ ਤੁਸੀਂ ਪੁਰਾਣੀਆਂ ਵੀਡੀਓ ਕੱਢ ਲਓ ਤੁਹਾਨੂੰ 3600 ਵੀਡੀਓ ਕਾਂਗਰਸੀਆਂ ਦੀਆਂ ਮਿਲ ਜਾਣਗੀਆਂ ਜਿਹੜੇ ਅੱਜਕੱਲ ਬੀਜੇਪੀ ਚ ਨੇ ਤੁਹਾਨੂੰ ਐਸੀਆਂ ਵੀਡੀਓਜ਼ ਮਿਲਣਗੀ ਪ੍ਰਧਾਨ ਨੇ ਸੰਧਾਲੀਆ ਸਾਹਿਬ ਨਹੀਂ ਨਹੀਂ ਮੈਂ ਮੈਂ ਤਾਂ ਹੀ ਕਹਿਆ ਵੀ ਐਸੀਆਂ ਤੁਹਾਨੂੰ ਵੀਡੀਓਜ਼ ਮਿਲ ਜਾਣਗੀਆਂ ਜਿਹੜੀਆਂ ਅਕਾਲੀਆਂ ਦੇ ਵਿੱਚ ਰਹਿੰਦੇ ਹੈ ਕਈ ਲੀਡਰਾਂ ਨੇ ਬਿਆਨ ਦਿੱਤੇ ਅੱਜਕੱਲ ਆਪ ਚ ਨੇ ਕੋਈ ਪਤਾ ਥੋੜਾ ਲੱਗਦਾ ਮਤਲਬ ਕਹਿਣ ਤੋਂ ਇਹ ਹੋ ਗਿਆ ਵੀ ਰਾਜਨੀਤੀ ਦੇ ਵਿੱਚ ਅਗਲੇ ਕਹਿੰਦੇ ਉਹ ਸਾਡੀ ਸਿਆਸੀ ਲੜਾਈ ਏ ਕੋਈ ਨਿੱਜੀ ਲੜਾਈ ਨਹੀਂ ਹੈ ਪਰ ਦੂਜੇ ਪਾਸੇ ਮੈਨੂੰ ਇਹ ਵੀ ਲੱਗਦਾ WhatsApp ਵੀ ਜੇ ਉਹਨਾਂ ਕਾਲੀ ਦਾ ਲੇਸ ਲੜਾਈ ਵਾਲੇ ਪਾਸੇ ਤੁਰਿਆ ਜੀ ਉਹਦੇ ਵਿੱਚ ਇੱਕ ਚੀਜ਼ ਮੇਰੇ ਖਿਆਲ ਤੁਸੀਂ ਭੁੱਲ ਗਏ ਉਹ ਇੱਕ ਦਿਨ ਪਹਿਲਾਂ ਮਿਆਂ ਉਹਨਾਂ ਦਿੱਤਾ ਸੀ ਜਿਸ ਦਿਨ ਉਹ ਖੜੂਰ ਸਾਹਿਬ ਹਲਕੇ ਚ ਜਾਂਦੇ ਉਸ ਦਿਨ ਜਿੱਦਨ ਉਹ ਭਾਈ ਅਮਰਤਪਾਲ ਸਿੰਘ ਹਰੋਂ ਬਹੁਤ ਸਾਰੇ ਸਵਾਲ ਕਰਦੇ ਨੇ ਜਾਂ ਉਹਨਾਂ ਦੇ ਬਾਬਤ ਉਹਨਾਂ ਨੇ ਕਈ ਗੱਲਾਂ ਕਹੀਆਂ ਸੀ ਉਸ ਦਿਨ ਵੀ ਜਦੋਂ ਉਹ ਉਹਨਾਂ ਦੇ ਆਉਣ ਦੀ ਜਾਂ ਉਹਨਾਂ ਦੇ ਉਹਨਾਂ ਦੀ ਆਮਦ ਦੀ ਜਾਂ ਉਹਨਾਂ ਨੇ ਆਣ ਕੇ ਕੀ ਕੁਛ ਕਿਹਾ ਜਾਂ ਕੀ ਕੁਛ ਕਰਨਾ ਤੇ ਫਿਰ ਉਹਦੇ ਵਿੱਚ ਕੇਂਦਰੀ ਏਜੰਸੀਆਂ ਦਾ ਨਾਮ ਲਿਆ ਸੀ ਉਦੋਂ ਵੀ ਕਿਤੇ ਨਾ ਕਿਤੇ ਤਾਰ ਉਹਨਾਂ ਨੇ ਇਹੀ ਜੋੜਨ ਦੀ ਕੋਸ਼ਿਸ਼ ਕੀਤੀ ਸੀ ਵੀ ਤੁਸੀਂ ਧਿਆਨ ਰੱਖਿਓ ਵੀ ਤੁਹਾਨੂੰ ਕੀ ਲੱਗਦਾ ਵੀ ਜੋ ਕੁਝ ਹੈ ਉਹ ਸੌਖਾ ਹੀ ਹੋ ਰਿਹਾ ਜਾਂ ਉਹਦੇ ਵਿੱਚ ਵੀ ਕੋਈ ਨਾ ਕੋ ਉੱਤਰਿਆ ਹੁਣ ਤੁਸੀਂ ਦੇਖੋ ਵੀ ਉਹਦੇ ਉਦੋਂ ਤੋਂ ਉਦੋਂ ਤੱਕ ਜਸਟ ਇਹ ਇਸ਼ਾਰਾ ਮਾਤਰ ਸੀ ਉਸ ਤੋਂ ਬਾਅਦ ਹੁਣ ਉਹ ਸਿੱਧਾ ਹੀ ਹੋ ਗਏ ਬਿਲਕੁਲ ਹੀ ਇੱਕ ਗੱਲ ਤੇ ਪੱਕੀ ਲੱਗਦੀ ਹੈ ਵੀ ਅਕਾਲੀ ਦਲ ਨੇ ਜਿਹੜੀ ਆਵਾਜ਼ ਸੀਗੀ ਲਗਭਗ ਛੱਡਤੀ ਵੀ ਯਾਰ ਬੰਦੇ ਉਤੋਂ ਉਤੋਂ ਜਿਆਦਾ ਸੀ ਠੇਬੀ ਲਾਉਣੋਂ ਤਾਂ ਹਟੇ ਨਹੀਂ ਤੇ ਹੁਣ ਜਦੋਂ ਬੰਦੇ ਦਾ ਕਲੀਅਰ ਹੀ ਹੋ ਜAVE ਭਾਈ ਸਾਹਿਬ ਹੁਣ ਆਡਾ ਲੱਗ ਹੀ ਗਿਆ ਇਹ ਫੇ ਲੜਾਈ ਤੇ ਆ ਮੋ ਸਾਹਮਣੀ ਆ ਹੁਣ ਗੱਲ ਤਾਂ ਠੀਕ ਆ ਵੀ ਹੁਣ ਸੰਭਾਵਨਾ ਕੋਈ ਨਹੀਂ ਕੱਲ ਦਾ ਪਤਾ ਕੋਈ ਨਹੀਂ ਨਹੀਂ ਮੈਂ ਤਾਂ ਕਹਿੰਦਾ ਨਹੀਂ ਹੋਵੇਗਾ ਅਕਾਲੀ ਭਾਜਪਾ ਗੱਠਜੋੜ ਮੈਂ ਤੇ ਆਪ ਕਹਿੰਦਾ ਨਹੀਂ ਹੋਊਗਾ ਨਹੀਂ ਹੋਊਗਾ ਠੀਕ ਹੈ ਮੈਂ ਤੇ ਮੇਰੀ ਇਹ ਸਟੇਟਮੈਂਟ ਦੀ ਵੈਲਿਡਿਟੀ 4 ਤਰੀਕ ਤੱਕ ਨਹੀਂ ਗਈ ਬਾਅਦ ਤੱਕ ਤੋ ਚਲੋ 8 ਦਾ ਕਰ ਲਾਂਗੇ ਠੀਕ ਹੈ 10 ਕਰ ਲਈਏ 10 ਕਰ ਲਈਏ ਅੱਛਾ ਸੰਧਾਲੀਆ ਸਭ ਦਿੱਲੀ ਜਾਣਾ ਹਮ ਬੀਬੀ ਸਵਾਤੀ ਮਾਲੀਵਾਲ ਦਾ ਮਸਲਾ ਬੜਾ ਇੰਪੋਰਟੈਂਟ ਹੈ ਬਹੁਤ ਮਹੱਤਵਪੂਰਨ ਹੈ ਬੀਬੀ ਰਾਜ ਸਭਾ ਦੀ ਮੈਂਬਰ ਹੈ ਦੋ ਵਾਰ ਦਿੱਲੀ ਵਿਮਨ ਕਮਿਸ਼ਨ ਦੀ ਉਹ ਚੇਅਰਪਰਸ ਹੁਣ ਆਮ ਆਦਮੀ ਪਾਰਟੀ ਤਾਂ ਵਿਭੂ ਕੁਮਾਰ ਦੇ ਹੱਕ 'ਚ ਖੜ ਗਈ। ਉਹ ਆਪਣੀ ਹੀ ਬੀਬੀ ਸਵਾਤੀ ਮਾਲੀਵਾਲ ਦੇ ਖਿਲਾਫ ਹੋ ਗਈ। ਬੀਬੀ ਸਵਾਤੀ ਮਾਲੀਵਾਲ ਨੇ ਕਿਹਾ ਕਿ ਭਾਈ ਉਹ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਐ। ਦਿੱਲੀ ਪੁਲਿਸ ਨੇ ਜਾ ਕੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਚੱਕ ਲਿਆ ਜਿਹਦੇ ਵਿੱਚ ਸਾਰੀ ਰਿਕਾਰਡਿੰਗ ਹੁੰਦੀ ਐ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਕਿ ਭਾਈ ਅੰਦਰ ਤਾਂ ਉੱਥੇ ਕੋਈ ਕੈਮਰਾ ਕਮਰਾ ਹੁੰਦਾ ਹੀ ਨਹੀਂ ਜਿੱਥੇ ਉਹ ਡਰਾਇੰਗ ਰੂਮ ਦੇ ਵਿੱਚ ਬੈਠੇ ਸੀ। ਹੁਣ ਦਿੱਲੀ ਪੁਲਿਸ ਨੂੰ 5 ਦਿਨ ਦਾ ਰਿਮਾਂਡ ਮਿਲਿਆ ਵਿਭੂ ਕੁਮਾਰ ਦਾ ਉਹਨਾਂ ਨੇ ਤਿੰਨ ਦੋਸ਼ ਲਾਏ। ਉਹ ਕਹਿੰਦੇ ਜੀ ਇੱਕ ਤਾਂ ਇਸ ਬੰਦੇ ਨੇ ਆਪਣੇ ਫੋਨ ਦਾ ਸਾਨੂੰ ਪਾਸਵਰਡ ਨਹੀਂ ਦੱਸਿਆ ਨੰਬਰ 2 ਉਹ ਕਹਿੰਦੇ ਜੀ ਜਦੋਂ ਸਾਨੂੰ ਫੋਨ ਉਹਦਾ ਸੌਂਪਿਆ ਗਿਆ ਉਹ ਪਹਿਲਾਂ ਫਾਰਮੈਟ ਕਰ ਦਿੱਤਾ ਸੀ ਨੰਬਰ 3 ਉਹ ਕਹਿੰਦੇ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਅਸੀਂ ਮੰਗੀ ਸੀ ਉਹਦੀ ਇਹਨਾਂ ਨੇ ਇੱਕ ਪੈਨ ਡਰਾਈਵ ਸਾਨੂੰ ਦਿੱਤੀ ਪਰ ਜਦੋਂ ਲਈ ਤਾਂ ਉਹ ਖਾਲੀ ਸੀ ਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਜਿਹੜੀ ਹੈ ਉਹ ਅਧੂਰੀ ਹੈ ਉਹਦੇ ਵਿੱਚ ਕੱਟ ਵੱਡ ਅਲਰੇਡੀ ਕਰ ਦਿੱਤੀ ਗਈ ਹੈ ਦੇਖੋ ਇੱਕ ਗੱਲ ਤਾਂ ਪੱਕੀ ਹੈ ਕਿ ਜੇ ਆਮ ਆਦਮੀ ਪਾਰਟੀ ਵਾਲੇ ਠੀਕ ਨੇ ਉਹਨਾਂ ਨੇ ਕੋਈ ਗਲਤੀ ਨਹੀਂ ਸੀ ਕੀਤੀ ਤਾਂ ਅਸੀਂ ਕੈਮਰੇ ਦੇ ਨਾਲ ਤੇ ਫੋਨ ਦੇ ਨਾਲ ਕੋਈ ਛੇੜ ਛਾੜਨੀ ਚਾਹੀਦੀ ਰੋਲਾ ਇਹ ਹੈ ਕਿ ਉਹ ਕੱਲੀ ਬੀਬੀ ਗਈ ਸੀ ਨਾ ਹੁਣ ਆਮ ਆਦਮੀ ਪਾਰਟੀ ਵੱਲੋਂ ਤਾਂ ਕਈ ਬੰਦੇ ਦੋਸ਼ ਲਾਉਂਦੇ ਆ ਕਿ ਬੀਬੀ ਨੇ ਅਰਵਿੰਦ ਕੇਜਰੀਵਾਲ ਨੂੰ ਫਸਾਉਣਾ ਸੀ ਉਹ ਤਾਂ ਮੁਰੇ ਹੜਕੇ ਵਿਵੇਕ ਕੁਮਾਰ ਆ ਗਿਆ ਉਹ ਬੀਬੀ ਕਹਿੰਦੀ ਆ ਕਿ ਭਾਈ ਮੈਨੂੰ ਤਾਂ ਇਹਨਾਂ ਨੇ ਚਾਹਦੇ ਕੁੱਟਿਆ ਮੈਂ ਤਾਂ ਮਿਲਣ ਗਈ ਸੀ ਕੱਲੀ ਸੀਗੀ ਮੈਂ ਹੁਣ ਇਹ ਸਾਰੇ ਮਸਲੇ ਦੇ ਵਿੱਚੋਂ ਜਿਹੜੀ ਡੀਵੀਆਰ ਲੈ ਗਿਆ ਉਹਦੇ ਵਿੱਚੋਂ ਫੁਟੇਜ ਕੀ ਨਿਕਲਦੀ ਹੈ ਗਵਾਹ ਉਹ ਕਿਹੜੇ ਆਉਂਦੇ ਆ 5 ਦਿਨ ਦੇ ਰਿਮਾਂਡ ਦੇ ਵਿੱਚੋਂ ਵਿਵੇਕ ਕੁਮਾਰ ਜਿਹੜੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਪੀਏ ਨੇ ਉਹ ਕਿੱਧਰ ਨੂੰ ਚਲਦੇ ਆ ਸੰਜੇ ਸਿੰਘ ਹੋਰਾਂ ਦੀ ਪਹਿਲੇ ਦਿਨ ਦੀ ਸਟੇਟਮੈਂਟ ਤੇ ਆਮ ਆਦਮੀ ਪਾਰਟੀ ਦੇ ਸਾਰੇ ਲੀਡਰਾਂ ਦੀਆਂ ਬਾਕੀ ਸਟੇਟਮੈਂਟਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਸਾਨੂੰ ਨਹੀਂ ਪਤਾ ਕਿ ਬੀਬੀ ਸਵਾਤੀ ਮਾਲੀਵਾਲ ਬੀਜੇਪੀ ਦਾ ਮੂਰਾ ਹੈਗੀ ਹੈ ਕਿ ਨਹੀਂ ਹੈਗੀ ਪਰ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਕਿ ਇਸ ਮਸਲੇ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਜਿਹੜਾ ਗਲਤ ਹੈ ਉਹ ਗਲਤ ਸੇ ਦੋਵੇ ਜਿਹੜਾ ਸਹੀ ਹੈ ਅਗਲੇ ਬੰਦੇ ਨੂੰ ਇਨਸਾਫ ਮਿਲੇ ਵੇਖੋ ਇੱਕ ਗੱਲ ਹੈ ਵੀ ਜੇ ਤੇ ਮੰਨ ਲਓ ਵੀ ਇਹ ਸੱਚੀ ਮੁੱੱਚੀ ਮਸਲਾ ਹੈ ਇਸ ਤਰ੍ਹਾਂ ਦਾ ਪਿਓ ਜਿਹੜਾ ਪਿਏ ਸੀ ਉਹਨੇ ਵਾਕਈ ਸਵਾਤੀ ਮਾਲੀਵਾਲ ਹੋਰਾਂ ਦੇ ਨਾਲ ਕੁਝ ਬਦਤਮੀਜ਼ੀ ਕੀਤੀ ਫਿਰ ਤੇ ਮਨ ਲੱਗਦਾ ਵੀ ਆਮ ਆਦਮੀ ਪਾਰਟੀ ਵਾਲ ਨੂੰ ਪੱਲਾ ਛਾੜ ਲੈਣਾ ਚਾਹੀਦਾ ਉਹਨੂੰ ਚੰਗਾ ਇਹ ਆ ਵੀ ਭਾਈ ਸਾਹਿਬ ਤੁਸੀਂ ਉੱਥੇ ਚਲੇ ਜਾਓ ਪੁਲਿਸ ਜਾਂ ਅਦਾਲਤਾਂ ਜਾਂ ਕਾਨੂੰਨ ਜਿਹੜਾ ਉਹ ਦੇਖੇਗਾ ਵੀ ਕੌਣ ਸੱਚਾ ਕੌਣ ਝੂਠਾ ਜੀ ਉਹਦੇ ਨਾਲ ਬੈਨੀਫਿਟ ਸਿੱਧਾ ਤੇ ਇੱਕ ਤੇ ਹੀ ਹੋ ਸਕਦਾ ਆਮ ਆਦਮੀ ਪਾਰਟੀ ਨੂੰ ਵੀ ਲੋਕਾਂ 'ਚ ਘੱਟੋ ਘੱਟੇ ਮੈਸੇਜ ਚੱਲੇ ਜੂ ਵੀ ਹਾਂ ਭਾਈ ਸਾਹਿਬ ਗਲਤ ਨੂੰ ਗਲਤ ਸਹੀ ਨੂੰ ਸਹੀ ਕਿਹਾ ਪਾਰਟੀ ਖਲੋਂਦੀ ਪਰ ਹੁਣ ਜਦੋਂ ਇਹਨਾਂ ਨੇ ਸਟੈਂਡ ਲੈ ਲਿਆ ਪਹਿਲਾਂ ਕੁਝ ਹੋਰ ਸੀ ਉਸ ਤੋਂ ਬਾਅਦ ਹੁਣ ਉਹਨਾਂ ਨੇ ਕਹਿਤਾ ਵੀ ਹਾਂਜੀ ਸਵਾਤੀ ਮਾਲੀ ਵਾਲ ਹੋਰਾਂ ਦੇ ਕੁਝ ਆਪਣੇ ਕੇਸ ਸੀਗੇ ਉਹਨਾਂ ਦਾ ਕਰਕੇ ਉਹਨਾਂ ਨੇ ਉਹ ਇਹੋ ਜਿ ਉਕੇ ਇਹਨਾਂ ਨੇ ਅਜੇ ਕਿਹਾ ਇਹ ਪ੍ਰੂਫ ਤੇ ਇਹ ਗੱਲ ਹੋਈ ਨਹੀਂ ਹੁਣ ਜੇ ਇਹ ਰੇੜਕਾ ਮੰਨ ਲਓ ਵੀ ਕੁਝ ਵੀ ਨਹੀਂ ਨਿਕਲਦਾ ਪਰ ਦਿੱਲੀ ਦੀ ਜਾਂ ਪੰਜਾਬ ਵਾਲੀ ਇਲੈਕਸ਼ਨ ਲਾਗੀਆਂ ਦੀ ਮੰਨ ਲਓ ਵੀ ਇਹਦਾ 3 ਤਰੀਕ ਨੂੰ ਇੱਕ ਗੱਲ ਆ ਜਾਂਦੀ ਵੀ ਉਹਨਾਂ ਦੋਵਾਂ ਚ ਸਮਝੌਤਾ ਹੋ ਗਿਆ ਰਾਜ ਨਵਾ ਹੋ ਗਿਆ ਜੀ ਸੁਆਤੀ ਮਾਲੀ ਵਾਲੋਂ ਰਣਜ ਤੇ ਵਿਮਲ ਕੁਮਾਰ ਚ ਵਿਬੋ ਵਿਬੋ ਕੁਮਾਰ ਦੇ ਵਿੱਚ ਉਹ ਸਮਝੌਤਾ ਹੋ ਗਿਆ ਤੇ ਉਹ ਤੋਂ ਬਾਅਦ ਕਿਸੇ ਦੀ ਕੀ ਪੁੱਛ ਪੜ ਲੈਣੀ ਤੇ ਤੁਸੀਂ ਵੱਧ ਜਾਣਦੇ ਹੋ ਜਦੋਂ ਤੁਸੀਂ ਕਹਿੰਦੇ ਸੀ ਨਾ ਕਿ ਉਹ ਪਤਾ ਨਹੀਂ ਕੀ ਹੋ ਗਿਆ ਕਿਵੇਂ ਦੱਸ ਕਿਉਂਕਿ ਉਹਨਾਂ ਨੇ ਕਿਹਾ ਕਹਿੰਦੇ ਜੀ ਫੋਨ ਦਾ ਪਾਸਵਰਡ ਦੇਣਾ ਕੋਈ ਉਹਨਾਂ ਦਾ ਹੱਕ ਨਹੀਂ ਹੈਗਾ ਕਿ ਮੇਰੇ ਤੋਂ ਫੋਨ ਦਾ ਪਾਸਵਰਡ ਲੈ ਲੈਣ ਜਾ ਕੇ ਘਰ ਆ ਕੇ ਕਢਾ ਲਓ ਜਿੱਥੋਂ ਕੋਈ ਮੈਂ ਨਾ ਉਹ ਰੀੜਕਾ ਚੱਲੀ ਜਾਂਦੇ ਹੋ ਤਿੰਨ ਮੰਨ ਲਓ ਅੱਜ ਆਪਾਂ ਦੋਵੇਂ ਮੈਂ ਜਣੀ ਛੱਡਦੀ ਐ ਕੇਸ ਨੂੰ ਟੀਵੀ ਚੱਲਦਾ ਆਪਾਂ ਦੋਵੇਂ ਭਰਾ ਸਿਰ ਪਾੜਦੇ ਇੱਕ ਦੂਜੇ ਦਾ ਅੱਛਾ 4 ਤਰੀਕ ਨੂੰ ਕਾਟਣਾ ਦਾ ਮੇਰਾ ਹੀ ਨਹੀਂ ਨਹੀਂ ਮੈਂ ਵੈਸੇ ਗੱਲ ਕਰਦਾ 4 ਤਰੀਕ ਨੂੰ ਗੱਲ ਇਹ ਨਿਬੜੇ ਵੀ ਹਾਂ ਵੀ ਆਪਾਂ ਜੱਫੀ ਪਾ ਕੇ ਆ ਕੀ ਵੀ ਅਸੀਂ ਦੇ ਭਰਾ ਸੀ ਐਵੇਂ ਚੱਕੇ ਚਕਾਈ ਲੜਦੇ ਤੇ ਗੱਲ ਮੋ ਗਈ ਅੱਛਾ ਵੀ ਸਾਡਾ ਸਮਾਜਿਕ ਸਮਝੌਤਾ ਹੋ ਗਿਆ ਪਚੈਤੀ ਮੈਂ ਪਰ ਅੱਛਾ ਮੈਂ ਤਾਂ ਗੱਲ ਕਰਦਾ ਵੀ ਕੁਝ ਵੀ ਹੋ ਸਕਦਾ ਹੁੰਦਾ ਬਾਕੀ ਚਲੋ ਜਦੋਂ ਇਹਦੇ ਤੇ ਅੱਗੇ ਕੁਝ ਆਊਗਾ அப்ப ਉਹ ਦੱਸਾਂਗੇ ਚੱਲੀ ਹੁਣ ਆਪਾਂ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਲੋ ਜੀ ਪ੍ਰੋਗਰਾਮ ਦੀ ਸਮਾਪਤੀ ਹੈ ਲਾਈਕ ਵਾਲਾ ਬਟਨ ਤੁਸੀਂ ਦਬ ਦਿੰਨੇ ਹੋ ਸ਼ੇਅਰ ਵੀ ਕਰ ਦਿੰਨੇ ਹੋ ਉਹਦੇ ਲਈ ਬੜੇ ਧੰਨਵਾਦੀ ਹਾਂ ਕੱਲਾ ਸਾਡੀਆਂ ਚੰਗੀਆਂ ਲੱਗਣ ਜਾਂ ਜੋ ਤੁਹਾਡੇ ਮਨ ਚ ਆਵੇ ਟਿੱਪਣੀ ਜ਼ਰੂਰ ਕਰਿਆ ਕਰੋ ਦੇਖਦੇ ਰਹਿਣਾ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ